ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਸਤਨਾਮ ਸਿੰਘ ਪੀਐਸ ਪੀਸੀਐਲ ਸ਼੍ਰੀ ਮੁਕਤਸਰ ਸਾਹਿਬ ਨੂੰ 5000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕਰ ਲਿਆ ਗਿਆ ਤੇ ਇਸ ਜੇਈ ਨੂੰ ਸ਼੍ਰੀ ਮੁਕਤਸਰ ਸਾਹਿਬ ਦੇ ਵਾਸੀ ਗੁਰਭੇਜ ਸਿੰਘ ਪੁੱਤਰ ਪੂਰਨ ਸਿੰਘ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ ਤੇ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕੀਤਾ ਹੈ। ਇਸ ਸਬੰਧ ਵਿੱਚ ਉਕਤ ਮੁਲਜ਼ਮ ਖਿਲਾਫ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਕੇ ਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ। ਮਾਮਲਾ ਸੀ ਜਿਹੜਾ ਅੱਜ ਬਿਜਲੀ ਬੋਰਡ ਦਾ ਕੀ ਮਾਨਯੋਗ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਸ਼੍ਰੀ ਰਵਿੰਦਰ ਕੁਮਾਰ ਜੀ ਦੀ ਰਹਿਨੁਮਾਈ ਹੇਠ ਅਤੇ ਸਰਦਾਰ ਹਰਪਾਲ ਸਿੰਘ ਐਸਐਸਪੀ ਵਿਜੀਲੈਂਸ ਬਠਿੰਡਾ ਦਿਸ਼ਾ ਨਿਰਦੇਸ਼ਾਂ 'ਤੇ ਅੱਜ ਗੁਰਭੇਜ ਸਿੰਘ ਵਾਸੀ ਮੁਕਤਸਰ ਜਿਹੜੇ ਦਰਵੇਸ਼ ਬੱਸ ਟਰਾਂਸਪੋਰਟ ਕੰਪਨੀ ਬੱਸ ਸਰਵਿਸ 'ਤੇ ਕੰਮ ਕਰਦੇ ਆ। ਉਹਨਾਂ ਦਾ 7 ਅਗਸਤ ਨੂੰ ਕੋਈ ਇਹਦੇ ਦੇਸ਼ ਹੋਸਪਿਟਲ ਤੋਂ ਬੱਚੇ ਲੈ ਕੇ ਗਏ ਸੀ ਬਠਿੰਡੇ ਲਈ। ਉਹ ਵਾਪਸੀ ਸਮੇਂ ਜਦੋਂ ਮੇਨ ਗੇਟ ਤੋਂ ਦੇਸ਼ ਹੋਸਪਿਟਲ 'ਚ ਐਂਟਰ ਕਰਨ ਲੱਗੇ ਤਾਂ ਉਹਦਾ ਜਿਹੜੀ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਈ ਸੀ ਬੱਸ, ਜਿਸ ਕਰਕੇ ਜਿਹੜੇ 2 ਪੋਲ ਟੁੱਟ ਗਏ ਸੀ। ਫਿਰ ਉਹਨਾਂ ਨੇ ਠੇਕੇਦਾਰ ਜਿਹੜਾ ਬਿਜਲੀ ਬੋਰਡ ਠੇਕੇਦਾਰ ਰਾਹੀਂ ਉਹ ਕੰਮ ਕਰਵਾਤਾ ਸੀ। ਜਿਹੜਾ ਸਤਨਾਮ ਸਿੰਘ ਜੇਈ ਸ਼ਹਿਰੀ ਅਰਬਨ ਸੀ, ਇਹ ਉਹਨਾਂ ਨੂੰ ਤੰਗ ਕਰ ਰਿਹਾ ਸੀ, ਮੈਨੂੰ ਤੁਸੀਂ ਕੁਛ ਨਾ ਕੁਛ ਦਿਓ ਨਹੀਂ ਤੁਹਾਡੇ ਖਿਲਾਫ਼ ਮੈਂ ਕਾਰਵਾਈ ਕਰੂੰਗਾ। ਉਸ ਸੰਬੰਧੀ ਇਹਨਾਂ ਨੇ ਜਿਹੜਾ ਐਸਆ ਨੂੰ ਬਿਆਨ ਲਿਖਾਇਆ, ਜਿਸ 'ਤੇ ਕਾਰਵਾਈ ਕਰਦੇ ਹੋਏ ਸਤਨਾਮ ਸਿੰਘ ਜੇਈ ਸ਼ਹਿਰੀ ਨੂੰ ਜਿਹੜਾ ਰੰਗੇ ਹੱਥੀ ਸਰਕਾਰੀ ਗਵਾਹ ਦੀ ਹਾਜ਼ਰੀ ਵਿੱਚ ਕਾਬੂ ਕੀਤਾ ਅਤੇ ਥਾਣਾ ਵਿਜੀਲੈਂਸ ਬਠਿੰਡਾ ਵਿਖੇ ਜਿਹੜਾ 18 ਨੰਬਰ ਮੁਕੱਦਮਾ ਪੀਸੀ ਐਕਟ ਅਧੀਨ ਜਿਹੜਾ ਦਰਜ ਕੀਤਾ। ਸਰ ਕਿੰਨੇ ਪੈਸੇ ਜਿਹੜੀ ਮੰਗ ਕੀਤੀ? 8000 ਰੁਪਏ ਪੈਸੇ ਦੀ ਮੰਗ ਕੀਤੀ ਸੀ ਅਤੇ 5000 ਰੁਪਏ 'ਚ ਲੈਣ ਲਈ ਸਹਿਮਤ ਹੋਇਆ ਸੀ। ਨਸ਼ੇ ਅਤੇ ਸ਼ੱਕ ਨੇ ਕੀਤੇ ਰਿਸ਼ਤੇ ਤਾਰਤਾ, ਰਿਸ਼ਤਿਆਂ ਨੂੰ ਸ਼ਰਮਸਾਰ ਕਰਦਾ ਇਹ ਮਾਮਲਾ ਸਾਹਮਣੇ ਆਇਆ ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਧਿਆਨਪੁਰਾ ਤੋਂ, ਜਿੱਥੇ ਨਸ਼ੇੜੀ ਪਤੀ ਨੇ ਆਪਣੀ 50 ਸਾਲਾਂ ਪਤਨੀ ਰਮਾ ਦਾ ਤੇਜ਼ ਧਾਰ ਹਥਿਆਰਾਂ ਨਾਲ ਵਾਰ ਕਰਦੇ ਹੋਏ ਕਤਲ ਕਰ ਦਿੱਤਾ। ਕਾਤਲ ਪਤੀ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉੱਥੇ ਹੀ ਸਿਵਲ ਹਸਪਤਾਲ ਬਟਾਲਾ ਦੀ ਡਿਊਟੀ ਡਾਕਟਰ ਸਵਾਤੀ ਨੇ ਘਟਨਾ ਬਾਰੇ ਦੱਸਦੇ ਹੋਏ ਕਿਹਾ ਕਿ ਤੇਜ਼ ਧਾਰ ਹਥਿਆਰ ਨਾਲ ਪਤੀ ਵੱਲੋਂ ਕੀਤੇ ਵਾਰ ਕਾਰਨ ਪਤਨੀ ਰਮਾ ਦੀ ਮੌਤ ਹੋ ਗਈ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਬਾਕੀ ਪੋਸਟਮਾਰਟਮ ਦੀ ਕਾਰਵਾਈ ਕੀਤੀ ਜਾ ਰਹੀ ਹੈ। ਮੇਰੇ ਮਦਰ ਹੈ ਜੀ, ਹਾਂਜੀ, ਮੈਂ ਤਾਂ ਘਰ ਨਹੀਂ ਹੈਗਾ ਜਦੋਂ ਲੜਾਈ ਹੋਈ ਪਿੱਛੋਂ, ਮੈਂ ਤਾਂ ਗਿਆ ਹੈਗਾ ਬਾਹਰ ਅਤੇ ਪਿੱਛੋਂ ਪਤਾ ਨਹੀਂ ਕੀ ਹੋਇਆ, ਕੀ ਆ ਦਿਮਾਗ 'ਚ, ਉਹਨਾਂ ਨੇ ਚੱਕ ਚੁੱਕ ਮਾਰੇ ਆ ਪਾਪਾ ਮੇਰੇ ਨੇ। ਹਾਂਜੀ, ਆਪਸ 'ਚ ਲੜਾਈ ਪਹਿਲਾਂ ਵੀ ਹੁੰਦੀ ਰਹਿੰਦੀ, ਇੱਦਾਂ ਤੂੰ ਤਾਂ ਮੈਂ ਹੁੰਦੀ ਰਹਿੰਦੀ ਹੈ, ਇੱਦਾਂ ਲੜਾਈ ਵੀ ਹੋਈ ਇੱਕ ਦੋ ਵਾਰੀ, ਹੱਥ ਦੇ ਬੜੇ ਵਾਰੀ ਚੁੱਕਦੇ ਰਹੇ ਆ, ਪਹਿਲਾਂ ਵੀ ਕੰਪਲੇਂਟ ਵਗੈਰਾ ਬੜੀ ਵਾਰੀ ਕਰਵਾਈ ਆ, ਪਰ ਕੋਈ ਕਾਰਵਾਈ ਨਹੀਂ ਹੈਗੀ ਖਾਸ ਹੋਈ, ਅਤੇ ਫਿਰ ਰਜਾਮੰਦੀ ਹੋ ਜਾਂਦੀ ਰਹੀ, ਚਲੋ ਬੰਦੇ ਬਹਿ ਬੂ ਕੇ ਕਰਾ ਦਿੰਦੇ ਰਹੇ। ਇਸ ਵਾਰ ਪਤਾ ਨਹੀਂ ਕੀ ਹੋਇਆ, ਅਰੇ ਪਹਿਲਾਂ ਵੀ 1-2 ਦਿਨ ਕਹਿੰਦੇ ਸੀਗੇ ਕਿ ਮੈਂ ਤੈਨੂੰ ਮਾਰ ਛੱਡਣਾ, ਬੜੀ ਵਾਰੀ ਕਿਹਾ ਕਿ ਮੈਂ ਮਾਰ ਛੱਡਣਾ, ਕੰਪਲੇਂਟ ਵੀ ਕਰਵਾਈ ਬੜੀ ਵਾਰੀ, ਪੁਲਿਸ ਵੱਲੋਂ ਕੋਈ ਖਾਸ ਕਾਰਵਾਈ ਨਹੀਂ ਹੋਈ, ਅਤੇ ਇਸ ਵਾਰ ਪਤਾ ਨਹੀਂ, ਮੈਂ ਤਾਂ ਘਰ ਨਹੀਂ ਹੈਗਾ, ਤੈਨੂੰ ਇਸ ਤਰ੍ਹਾਂ ਹੋ ਗਿਆ ਕਰਦਾ, ਬੜੀਆਂ ਸਾਡੇ ਵੱਡੀਆਂ ਵੱਡੀਆਂ ਤਿੱਖੀਆਂ ਹੁੰਦੀਆਂ, ਫਾਸਟ ਫੂਡ ਦਾ ਕੰਮ ਹੈ ਸਾਡਾ, ਕਰਦਾ ਬੜੀਆਂ ਵੱਡੀਆਂ ਹੁੰਦੀਆਂ। ਝਗੜਾ ਤਾਂ ਇੱਦਾਂ ਹੀ ਸ਼ੱਕ ਸ਼ੁੱਕ ਸੀਗਾ ਕਰਦੇ, ਹਾਂਜੀ, ਬੜੀ ਵਾਰੀ ਪਹਿਲਾਂ ਵੀ ਹੋਈ ਗੱਲਬਾਤ ਕਿ ਤੇਰਾ ਇਸ ਤਰ੍ਹਾਂ ਗੱਲਬਾਤ ਆ, ਅਤੇ ਬੜੀ ਵਾਰੀ ਸਾਰਿਆਂ ਨੂੰ ਸਮਝਾਇਆ ਪੈ ਗਿਆ ਕਿ ਨਹੀਂ ਸਹੀ, ਸਾਰਾ ਕੁਛ ਵਧੀਆ ਵਾ, ਸਾਰਾ ਘਰ ਬਾਰ ਵਧੀਆ ਵਾ, ਚੱਲਣ ਡਿਆ ਸਾਰਾ ਕੁਛ, ਤੂੰ ਐਵੇਂ ਜਾਣ ਕੇ ਗੋਲੀ ਕੈਪਸੂਲ ਖਾਂਦੇ ਸੀ, ਦਿਮਾਗ ਖਰਾਬ ਹੋਇਆ ਪਿਆ, ਨਸ਼ਾ ਕਰਦੇ, ਹਾਂਜੀ, ਅਤੇ ਇਸ ਜਗ੍ਹਾ 'ਤੇ ਫਿਰ 50 ਸਾਲ ਫਰਾਰ ਆ, ਭੱਜ ਕੇ ਨਾਲ ਹੀ ਕਰਦੇ, ਅਸੀਂ ਤਾਂ ਇਨਸਾਫ ਹੀ ਚਾਹੁੰਦੇ ਹਾਂ ਜੀ, ਮੈਂ ਤਾਂ ਚਾਹੁੰਦਾ ਕਿ ਹੁਣ ਜੇਲ੍ਹ 'ਚ ਬਾਹਰ ਨਾ ਆਇਆ ਸਾਰੀ ਜ਼ਿੰਦਗੀ, ਜੇ ਆ ਗਿਆ ਤਾਂ ਮੈਂ ਵੀ ਜਾਊਂਗਾ ਫਿਰ ਪਿੱਛੇ ਜੇਲ੍ਹ 'ਚ, ਮੈਂ ਵੀ ਮਾਰੂੰਗਾ, ਫਿਰ ਮੈਂ ਆਪਣੀ ਮਾਂ ਨੂੰ ਇੱਦਾਂ ਤਾਂ ਨਾ ਛੱਡ ਸਕਦਾ, ਉਹਨੇ ਵਿਚਾਰੇ ਸਾਰੀ ਉਮਰ ਦੁੱਖ ਵੇਖੇ, ਉਹਨੂੰ ਲਾਸਟ ਇਹੋ ਜਿਹੀ ਮੌਤ ਨਹੀਂ ਸੀ। ਸਾਡੇ ਕੋਲ ਰਮਾ ਪੇਸ਼ੈਂਟ ਆਏ ਨੇ, ਵਾਈਫ ਆਫ ਅਰੁਣ ਕੁਮਾਰ, ਇਹਨਾਂ ਦਾ ਬੇਟਾ ਲੈ ਕੇ ਆਇਆ ਜਦੋਂ ਆਏ ਸੀਗੇ, ਬਰਾਡ ਡੈਡੀ ਪੇਸ਼ੈਂਟਸ। ਕਿਸ ਤਰੀਕੇ ਨਾਲ ਕਤਲ ਹੋਇਆ ਇਹਨਾਂ ਦਾ ਜਾਂ ਕਿਸ ਤਰੀਕੇ ਨਾਲ, ਕਿਸ ਤਰੀਕੇ ਨਾਲ ਉਹਦੇ ਬਾਰੇ ਤਾਂ ਸਾਨੂੰ ਨਹੀਂ ਪਤਾ, ਬਟ ਜਦੋਂ ਸਾਡੇ ਕੋਲ ਆਏ ਨੇ ਬਾਡੀ 'ਤੇ ਜਿਹੜੇ ਆ ਇਨਸਾਈਡ ਵੂਨ ਪ੍ਰੈਜੈਂਟ ਹੈਗੇ ਨੇ। ਕਿੰਨੀ ਕੁ ਉਮਰ ਹੈਗੀ? 50 ਈਅਰ। ਤੁਸੀਂ ਦੱਸਿਆ ਬੇਟੇ ਨੇ ਕਿ ਕਿਸ ਤਰੀਕੇ ਨਾਲ ਹੋਇਆ ਜਾਂ ਕੀ ਘਟਨਾ ਵਾਪਰੀ? ਬੇਟਾ ਕਹਿ ਰਿਹਾ ਸੀ ਕਿ ਮੈਂ ਘਰ ਨਹੀਂ ਸੀਗਾ ਅਤੇ ਮੈਨੂੰ ਨੇਬਰ ਦੀ ਕਾਲ ਆਈ ਸੀ ਅਤੇ ਮੰਮੀ ਪਾਪਾ ਦੇ ਵਿੱਚ ਹੀ ਕੋਈ ਲੜਾਈ ਹੋਈ ਹੈ ਅਤੇ ਉਹਦੇ ਦੌਰਾਨ ਹੀ ਹੋਇਆ। ਮੋਹਾਲੀ ਜ਼ਿਲ੍ਹੇ ਦੇ ਡੇਰਾਬਸੀ ਨੇੜੇ ਹੰਡੇਸਰਾ 'ਚ ਇੱਕ ਪਿਓ ਬਣ ਗਿਆ ਦਰਿੰਦਾ ਅਤੇ ਆਪਣੇ ਹੀ ਪਿਤਾ ਨੇ ਆਪਣੇ ਹੀ 3 ਬੱਚਿਆਂ ਨੂੰ ਦਰਿੰਦਗੀ ਵਾਂਗ ਕੁੱਟਿਆ। ਪਿਛਲੇ 3 ਸਾਲਾਂ ਤੋਂ ਪਤਨੀ ਨਾਲ ਚੱਲ ਰਿਹਾ ਹੈ ਉਹ ਪਰੇਸ਼ਾਨ ਅਤੇ ਪਤਨੀ ਹੁਣ ਉਸਦੇ ਨਾਲ ਨਹੀਂ ਸੀ ਰਹਿਣਾ ਚਾਹੁੰਦੀ ਅਤੇ ਦੋ ਨਾਬਾਲਗ ਲੜਕੇ ਲੜਕੀਆਂ ਜਿਸ ਦੇ ਸਿਰ ਦੇ ਸੱਟਾਂ ਵੀ ਮਾਰੀਆਂ ਅਤੇ ਦੋਵੇਂ ਹਸਪਤਾਲ ਵਿੱਚ ਦਾਖਲ ਹਨ। ਦੋਵੇਂ ਬੱਚਿਆਂ ਨੂੰ ਕੰਮ ਕਰਵਾਉਂਦੇ ਸਨ ਅਤੇ ਉਸਦੇ ਨਾਲ ਬੁਰੀ ਤਰ੍ਹਾਂ ਵੀ ਉਹ ਲੜਦਾ ਸੀ। ਥਾਣਾ ਕੋਤਵਾਲੀ ਕਪੂਰਥਲਾ ਦੀਨ ਪੈਂਦੇ ਪਿੰਡ ਬੂਟਾ ਵਾਸੀ ਆਪ ਵਰਕਰ ਸੁਰਜੀਤ ਸਿੰਘ ਦੇ ਬੀਤੀ ਰਾਤ ਸਰਕਾਰੀ ਹਸਪਤਾਲ ਕਪੂਰਥਲਾ 'ਚ ਤੇਜ਼ ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਾਇਲ ਸੁਰਜੀਤ ਸਿੰਘ ਅਨੁਸਾਰ ਉਹ ਬੀਤੀ ਸ਼ਾਮ ਪਿੰਡ ਬੂਟਾ ਵਿਖੇ ਮੀਟ ਦੀ ਦੁਕਾਨ ਤੋਂ ਸਬਜ਼ੀ ਲੈਣ ਲਈ ਗਿਆ ਸੀ ਅਤੇ ਜਦੋਂ ਉਹ ਮੀਟ ਦੀ ਦੁਕਾਨ ਤੋਂ ਸਬਜ਼ੀ ਲੈ ਕੇ ਬਾਹਰ ਆਇਆ ਤਾਂ ਪਹਿਲਾਂ ਤੋਂ ਹੀ ਪਿੰਡ ਦੇ ਕੁਝ ਵਿਅਕਤੀ ਉਸ 'ਤੇ ਤੇਜ਼ ਧਾਰ ਹਥਿਆਰਾਂ ਡੰਡਿਆਂ ਅਤੇ
ਡੰਡਿਆਂ ਨਾਲ ਖੜੇ ਸਨ ਜਿਨ੍ਹਾਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ। ਉਹਦੇ ਲਈ ਮੇਰੇ ਮੁੰਡੇ ਦੀ ਲੱਤ ਟੁੱਟੀ ਹੋਈ ਜੀ, ਉਹਦੇ ਵਾਸਤੇ ਮੈਂ ਮੀਟ ਵਾਲੀ ਦੁਕਾਨ ਤੇ ਗਿਆ ਜੀ, ਸ਼ੇਗੂ ਦੀ ਦੁਕਾਨ ਪਿੰਡ ਬੂਟਾਂ ਦੇ ਵਿੱਚ ਦੁਕਾਨ ਹੈ ਜੀ ਮੀਟ ਵਾਲੀ। ਮੈਂ ਉਹਨੂੰ ਕਿਹਾ ਮੈਨੂੰ ਮੀਟ ਕਿਲੋ ਕਰ ਦੇ, ਮੈਂ ਮੋਟਰਸਾਈਕਲ ਉੱਪਰ ਬੈਠਾ ਵਾਂ, ਪਿੱਛੋਂ ਆ ਗਏ ਸ਼ੀਰੇ ਨੇ ਲਲਕਾਰਾ ਮਾਰਿਆ, ਜਸਵੀਰ ਸ਼ੀਰੇ ਨੇ, ਅਤੇ ਉਹਨੇ ਕਿਹਾ ਫੜ ਲਓ ਇਹਨੂੰ ਬਣਾ ਲਈਏ ਸਰਪੰਚ ਆਪਾਂ, ਅਤੇ ਉਹ ਦੂਜੇ ਬੰਦੇ ਤਿੰਨ ਚਾਰ ਜਣੇ ਕੋਈ ਪੈਪਾਂ ਨਾਲ ਕੋਈ ਡਾਂਗਾਂ ਨਾਲ ਕੋਈ ਪੰਡਾਸੀਆਂ ਨਾਲ ਕੁੱਟਣ ਲੱਗ ਪਏ ਮੈਨੂੰ। ਸ਼ੀਰੇ ਨੇ ਮੇਰੇ ਹੱਥ ਦੇ ਦਾਤਰ ਮਾਰਿਆ ਜੀ, ਅਤੇ ਸੁੱਕੇ ਨੇ ਮੇਰੀ ਬਾਂਹ ਦੇ ਗਡਾਸੀ ਮਾਰੀ ਜੀ, ਅਤੇ ਦੂਜੇ ਬੰਦਿਆਂ ਨੇ ਮੈਨੂੰ ਟਾਲਿਆ ਜੀ ਅਤੇ ਮੇਰੇ ਮੱਥੇ 'ਚ ਮਾਰਿਆ ਰਾਜੂ ਨੇ। ਕੀ ਨਾਮ ਹੈ ਜੀ ਆਪਣਾ? ਹਾਂਜੀ, ਕਿਹੜਾ ਪਿੰਡ? ਹਾਂਜੀ, ਕੀ ਗੱਲ ਕੀ ਹੋਈ ਸੀ ਜਿਹੜੇ ਤੁਹਾਡੇ ਘਰ ਵਾਲੇ 'ਤੇ ਹਮਲਾ ਹੋਇਆ? ਹਾਂਜੀ, ਇਹ ਗਿਆ ਇੱਦਾਂ ਮੀਟ ਵਾਲੀ ਦੁਕਾਨੇ ਵੀ ਸਬਜ਼ੀ ਲੈਣ ਮੀਟ ਦੀ, ਉੱਥੇ ਇਹਨੇ ਅੱਧਾ ਕਿਲੋ ਮੀਟ ਤਲਾਇਆ ਅਤੇ ਸਾਈਕਲ ਮੋਟਰ 'ਤੇ ਬਹਿ ਗਿਆ, ਉਹਨਾਂ ਪਿੱਛੋਂ ਆਣ ਕੇ ਇਹਦੇ 'ਤੇ ਬਹੁਤ ਮਾਰੀਆਂ ਸੱਟਾਂ, ਗੜਾਸੀਆਂ ਦੇ ਮਾਰ ਸੋਟੇ ਉਹਨਾਂ ਬਹੁਤ ਚਲਾਏ। ਇਹ ਬਾਅਦ 'ਚ ਡਿੱਗ ਪਿਆ, ਡਿੱਗ ਕੇ ਇਹਨਾਂ ਮੂੰਹ 'ਚ ਦੁਕਾਨ ਵਾਲਿਆਂ ਪਾਣੀ ਪੂਣੀ ਪਾਇਆ, ਪਾ ਕੇ ਉੱਠ ਕੇ ਅਤੇ ਫਿਰ ਕਿਤੇ ਬਾਅਦ ਜਿਹੜਾ ਸ਼ੀਰਾ ਇਹ ਆਉਂਦਾ ਵੀ ਇਹਨੂੰ ਮਾਰ ਸੱਟੋ ਫੜ ਕੇ ਵੀ ਅਸੀਂ ਨਾ ਨਹੀਂ ਉਹਦਾ ਇਹਨੂੰ ਸਰਪੰਚ ਨੂੰ ਨਵਾਂ ਬਣਾਉਣੇ ਆ, ਵੀ ਇਹਨੂੰ ਇੱਕ ਵਾਰੀ ਤੁਸੀਂ ਮਾਰ ਸੱਟੋ, ਇਹਨਾਂ ਸਮਝ ਲਾ ਮਾਰ ਹੀ ਦਿੱਤਾ ਸੀ। ਇਹ ਸਾਰੀ ਲੜਾਈ ਦਾ ਕਾਰਨ ਕੀ ਕੀ? ਇਹ ਲੜਾਈ ਦਾ ਇਹਨਾਂ ਸਸਪੈਂਡ ਕਰਾਇਆ ਨਾ ਵੀ ਸਰਪੰਚੀ ਦਾ। ਹਾਂਜੀ, ਤਕਰੀਬਨ 5 ਮਹੀਨੇ ਪਹਿਲਾਂ ਘਰ ਦੇ ਹਾਲਾਤ ਸੁਧਾਰਨ ਲਈ ਵਿਦੇਸ਼ ਮਸਕਟ ਗਈ ਵਿਆਹਤਾ ਔਰਤ ਨੂੰ ਉੱਥੇ ਭਾਰੀ ਤਸ਼ੱਦਦ ਚੱਲਣ ਤੋਂ ਬਾਅਦ ਦੌੜ ਕੇ ਉੱਥੋਂ ਦੇ ਗੁਰਦੁਆਰਾ ਸਾਹਿਬ ਵਿੱਚ ਪਨਾਹ ਲੈਣੀ ਪਈ, ਜਿਸ ਤੋਂ ਬਾਅਦ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸਨੂੰ ਭਾਰਤ ਭੇਜਣ ਵਿੱਚ ਮਦਦ ਕੀਤੀ ਅਤੇ ਹੁਣ ਉਸਨੇ ਆਪਣੇ ਘਰ ਪਹੁੰਚ ਕੇ ਪੱਤਰਕਾਰਾਂ ਸਾਹਮਣੇ ਆਪਣਾ ਦਰਦ ਬਿਆਨ ਕੀਤਾ। ਪੀੜਿਤ ਮਹਿਲਾ ਨੇ ਦੱਸਿਆ ਕਿ ਉੱਥੇ ਉਹ 40 ਭਾਰਤੀ ਲੜਕੀਆਂ ਜਿਨ੍ਹਾਂ ਵਿੱਚ ਪੰਜਾਬੀਆਂ ਦੀ ਗਿਣਤੀ ਜ਼ਿਆਦਾ ਉੱਥੇ ਫਸੀਆਂ ਹੋਈਆਂ ਹਨ, ਜਿਨ੍ਹਾਂ 'ਤੇ ਮੇਰੇ ਵਾਂਗ ਹੀ ਜ਼ੁਲਮ ਕੀਤਾ ਜਾ ਰਿਹਾ। ਉਸਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਵੀ ਭਾਰਤ ਮੰਗਵਾਇਆ ਜਾਵੇ। ਮੈਡਮ, ਕੀ ਨਾਮ ਤੁਹਾਡਾ ਅਤੇ ਉੱਥੇ ਤੁਸੀਂ ਕਿੱਦਾਂ ਗਏ ਮਲੇਸ਼ੀਆ? ਰੇਖਾ ਨਾਮ ਆ ਮੇਰਾ, ਮੈਂ ਮਲੇਸ਼ੀਆ ਮੇਰੀ ਸਹੇਲੀ ਲੈ ਕੇ ਗਈ ਸੀ ਮੈਨੂੰ। ਅਤੇ ਕੀ ਕਾਰਨ ਸੀ ਤੁਸੀਂ ਮਲੇਸ਼ੀਆ? ਮਾਸਕਟ ਦਾ ਕਹਿ ਕੇ ਲਗਾਈ ਸੀ ਅਤੇ ਦੁਬਈ ਲਿਜਾ ਕੇ ਚਾਹਤਾ ਮੈਨੂੰ। ਅੱਛਾ, ਅਤੇ ਮੇਰੇ ਭਰਾ ਨੇ ਟਿਕਟ ਦੇਖ ਲਈ ਸੀ, ਕਹਿੰਦੇ ਕਿ ਇਹ ਤਾਂ ਮਾਸਕਟ ਦੇ ਸ਼ਾਰਦਾ ਦੀ ਆ ਟਿਕਟ, ਮਾਸਕਟ ਲੈ ਕੇ ਉੱਥੇ ਜਾਣਾ ਸੀਗਾ, ਮਲੇਸ਼ੀਆ ਜਾਣਾ ਸੀ ਅਤੇ ਸ਼ਾਰਦਾ ਦੀ ਟਿਕਟ ਵਾ। ਠੀਕ ਆ, ਅਤੇ ਮਤਲਬ ਕੀ ਮਤਲਬ ਕਾਰਨ ਬਣਿਆ ਤੁਸੀਂ ਉੱਥੇ ਵਿਦੇਸ਼ ਗਏ? ਕੁਛ ਨਹੀਂ, ਮੈਨੂੰ ਉੱਥੋਂ ਹੀ ਉਹਨਾਂ ਨੇ ਜਦੋਂ ਮੈਂ ਸ਼ਾਰਦਾ ਉਤਰੀ ਹਾਂ ਮੇਰੇ ਤੋਂ ਪਾਸਪੋਰਟ ਫੜ ਲਿਆ ਆ ਅਤੇ ਮੈਨੂੰ ਦਫ਼ਤਰ ਵਿੱਚ ਲੈ ਗਏ ਆ, ਦਫ਼ਤਰ ਵਿੱਚ ਮੈਨੂੰ 15 ਦਿਨ ਰੱਖਿਆ ਆ ਅਤੇ ਬਾਅਦ 'ਚ ਮੈਨੂੰ ਫਲੈਟ ਰਾ ਉੱਥੇ ਖਲਾਤਾ ਆ ਮਾਸਕਟ। ਹਾਂਜੀ, ਉੱਥੇ ਘਰ ਵਿੱਚ ਮੈਂ ਕੰਮ ਕਰਦੀ ਸੀ, ਉੱਥੇ ਮੈਨੂੰ ਟੋਰਚਰ ਬਹੁਤ ਕਰਦੇ ਸੀਗੇ, ਇਸ ਕਰਕੇ ਮੈਂ ਉੱਥੋਂ ਭੱਜ ਗਈ। ਮੈਂ ਗੁਰਦੁਆਰਾ ਉੱਥੇ ਮੈਸੀ ਵਿੱਚ ਚੱਲ ਗਈ ਹਾਂ, ਮੈਸੀ 'ਚ ਮੈਂ ਦਰਖਾਸਤ ਦੇ ਕੇ ਗੁਰਦੁਆਰਾ ਸਾਹਿਬ ਚੱਲ ਗਈ ਹਾਂ, ਬਸ ਉੱਥੋਂ ਮੈਂ ਉੱਥੋਂ ਹੀ ਮੇਰੀ ਟਿਕਟ ਹੋਈ ਸਾਰਾ ਕੁਛ ਉੱਥੋਂ ਹੀ। ਗੁਰਦੁਆਰਾ ਸਾਹਿਬ ਨੇ ਕੀ ਹੈਲਪ ਕੀਤੀ ਤੁਹਾਡੀ? ਉੱਥੇ ਸਾਨੂੰ ਰੋਟੀ ਪਾਣੀ ਮਿਲਦਾ ਸੀਗਾ, ਸਾਰਾ ਕੁਛ ਮਿਲਦਾ ਸੀਗਾ। ਹਾਂਜੀ, ਮਤਲਬ ਇੱਥੇ ਲਿਆਉਣ 'ਚ ਉਹਨਾਂ ਦਾ ਪੂਰਾ ਜਿਹੜੀ ਮਦਦ ਕੀਤੀ? ਹਾਂਜੀ, ਪੂਰੀ ਮਦਦ ਕੀਤੀ ਸਾਨੂੰ, ਜਹਾਜ਼ ਵਿੱਚ ਬਿਠਾ ਕੇ ਸਾਰਾ ਕੁਛ ਐਨ ਕੰਪਲੀਟ ਸਾਰਾ ਕੁਛ। ਕਿੱਥੇ ਕਿਹੜੇ ਸ਼ਹਿਰ 'ਚ ਗੁਰਦੁਆਰਾ ਸਾਹਿਬ? ਗੁਰਦੁਆਰਾ ਸਾਹਿਬ ਮੈਨੂੰ ਹੁਣ ਯਾਦ ਨਹੀਂ ਭਾਜੀ। ਅੱਛਾ ਸਰ, ਇਹ ਕੰਟਰੀ ਤੋਂ ਤੁਹਾਨੂੰ ਇੱਥੇ ਮਲੇਸ਼ੀਆ ਕਹਿ ਕੇ ਕਿਹਾ ਖੜਿਆ ਤੁਹਾਨੂੰ ਮਾਸਕਟ, ਹੈ ਨਾ ਜੀ? ਹਾਂਜੀ, ਮਾਸਕਟ। ਜੇ ਗੱਲ ਕਰੀਏ ਤਾਂ ਮਤਲਬ ਕਿ ਤੁਸੀਂ ਕਿੰਨੇ ਪੈਸੇ ਲਾ ਗਏ, ਕਰਜ਼ਾ ਚੁੱਕ ਕੇ ਗਏ ਸੀ, ਕਿੱਦਾਂ ਤੁਸੀਂ ਗਏ ਉੱਥੇ? ਹਾਂਜੀ ਭਾਜੀ, ਕਰਜ਼ਾ ਚੱਕ ਕੇ ਮੈਂ ਗਈ ਸੀ, ਵਿਆਜ 'ਤੇ ਮੇਰੇ ਘਰਦਿਆਂ ਨੇ ਬਹੁਤ ਖਰਚਾ ਕੀਤਾ ਮੇਰੇ 'ਤੇ, ਮੈਂ ਬਹੁਤ ਕਰਜ਼ੇ ਥੱਲੇ ਆਈ ਹਾਂ ਭਾਜੀ, ਮੇਰੀ ਮਦਦ ਕੀਤੀ ਜਾਵੇ। ਮਤਲਬ ਤੁਸੀਂ ਜਿਹੜੇ ਘਰ ਦੇ ਹਾਲਾਤ ਸੁਧਾਰਨ ਲਈ ਜਿਹੜੇ ਵਿਦੇਸ਼ ਗਏ ਸੀ, ਪਰ ਉੱਥੇ ਤੁਹਾਨੂੰ ਜਿਹੜਾ ਚੰਗਾ ਵਤੀਰਾ ਨਹੀਂ ਮਿਲਿਆ, ਹੈ ਨਾ? ਹਾਂਜੀ। ਕਿੱਦਾਂ ਦਾ ਟੋਰਚਰ ਕੀਤਾ ਜਾਂਦਾ ਸੀ ਤੁਹਾਨੂੰ, ਕਿੱਦਾਂ ਕੀਤਾ? ਮਾਰਦੀ ਕੁੱਟਦੀ ਸੀ ਮੇਰੀ ਮੈਡਮ, ਜਿਨ੍ਹਾਂ ਦੇ ਘਰੇ ਮੈਂ ਕੰਮ ਕਰਦੀ ਸੀ ਭਾਜੀ। ਪੈਸੇ ਪੂਰੇ ਦਿੰਦੇ ਸੀ ਤੁਹਾਨੂੰ ਕਿ? ਸੈਲਰੀ ਮੇਰੀ ਮੈਂ ਰੋ ਰੋ ਕੇ, ਇੱਕ ਸੈਲਰੀ ਮੈਂ ਪਵਾਈ ਸੀ ਕੁੜੀ ਦਾ, ਮੇਰੇ ਦਾ ਆਪਰੇਸ਼ਨ ਸੀ। ਹਾਂਜੀ, ਇੱਕ ਮੈਂ ਦਫ਼ਤਰ ਵਿੱਚ ਸੈਲਰੀ ਦਿੱਤੀ ਸੀ, ਹੁਣ ਮੈਨੂੰ ਨਹੀਂ ਪਤਾ ਉਹਨਾਂ ਨੇ ਪਾਈ ਜਾਂ ਨਹੀਂ ਪਾਈ, ਮੈਂ ਤਾਂ ਆਪਣੇ ਲਈ ਰੋ ਰੋ ਕੇ 2 ਵਾਰੀ ਕਰਕੇ ਉਹਨਾਂ ਨੇ ਪੈਸੇ ਪਾਏ ਮੇਰੇ ਘਰੇ। ਹਾਂਜੀ, ਉਹ ਵੀ ਮੈਂ ਮਿੰਨਤਾਂ ਤਰਲੇ ਕਰਦੀ ਸੀ ਤਾਂ ਪਾਉਂਦੇ ਸੀਗੇ। ਅਤੇ ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ? ਸਰਕਾਰ ਤੋਂ ਮੇਰੀ ਇਹੀ ਬੇਨਤੀ ਆ ਕਿ ਮੇਰੀ ਨਾ ਮਦਦ ਕੀਤੀ ਜਾਵੇ, ਮੈਂ ਬਹੁਤ ਗਰੀਬਣੀ ਹਾਂ, ਕਰਜ਼ਾ ਚੱਕ ਕੇ ਮੈਂ ਬਾਹਰ ਗਈ ਸੀ ਵਿਦੇਸ਼ ਵਿੱਚ। ਹਾਂਜੀ, ਜੇ ਗੱਲ ਕਰੀਏ ਤਾਂ ਹੋਰ ਵੀ ਕਈ ਕੁੜੀਆਂ ਉੱਥੇ ਫਸੀਆਂ ਹੋਣਗੀਆਂ, ਹੈਗਾ ਕੁਛ ਇੱਦਾਂ ਦਾ? ਹਾਂਜੀ, ਕੁੜੀਆਂ 35 ਕੁੜੀਆਂ ਆ ਉੱਥੇ ਫਸੀਆਂ ਹੋਈਆਂ, ਉਹਨਾਂ ਦੀ ਵੀ ਸਰਕਾਰ ਮਦਦ ਕਰੀ ਜਾਵੇ। ਠੀਕ ਹੈ। ਫਿਰੋਜ਼ਪੁਰ ਕਸਬਾ ਮਮਦੋਟ ਵਿਖੇ ਰਹੀਮੇ ਵਿਖੇ ਸ਼ਾਮੀ ਕਰੀਬ 4:30 ਵਜੇ ਘਰ 'ਚ ਬੈਠੀ ਇਕੱਲੀ ਔਰਤ ਦੇ ਕੰਨਾਂ ਵਿੱਚੋਂ ਵਾਲੀਆਂ ਖਿੱਚ ਕੇ ਚੋਰ ਭੱਜ ਨਿਕਲੇ, ਜਿਨ੍ਹਾਂ ਨੂੰ ਪਿੰਡ ਵਾਸੀਆਂ ਦੀ ਸਹਾਇਤਾ ਦੇ ਨਾਲ ਖੇਤਾਂ ਵਿੱਚੋਂ ਕਾਬੂ ਕਰ ਲਿਆ। ਬਸ ਫਿਰ ਕੀ ਸੀ, ਪਿੰਡ ਵਾਲਿਆਂ ਨੇ ਭੱਜੇ ਇਹਨਾਂ ਲੁਟੇਰਿਆਂ ਨੂੰ ਖੇਤਾਂ ਦੇ ਵਿੱਚ ਕਾਬੂ ਕਰ ਲਿਆ ਅਤੇ ਆਪਦੇ ਪੇਂਡੂ ਹਿਸਾਬ ਦੇ ਨਾਲ ਉਹਨਾਂ ਦੀ ਰੱਜ ਕੇ
ਕੁੱਟਮਾਰ ਕੀਤੀ। ਇਹ ਆਪਣੇ ਰੀਮੇ ਚੋਂ ਤਾੜਦੀ ਹੈ ਜੀ ਘਟਨਾ। ਇੱਥੋਂ ਇਹਨਾਂ ਨੇ ਵਾਲੀਆਂ ਕੁੜੀਆਂ ਲੇਡੀ ਜਿਹਦੇ ਪਹਿਲਾਂ ਪਾਣੀ ਦੇ ਬਹਾਨੇ ਅੰਦਰ ਆਏ ਆ, ਅਤੇ ਜਦੋਂ ਪਾਣੀ ਇਹਨਾਂ ਨੂੰ ਲਿਆ ਕੇ ਦੇਣ ਲੱਗੇ ਤਾਂ ਇਹਨਾਂ ਵਾਲੀਆਂ ਖੋਲ ਲਈਆਂ ਅਤੇ ਭੱਜਣ ਲੱਗੇ ਆ, ਅਤੇ ਪਿੰਡ ਦੇ ਲੋਕਾਂ ਨੇ ਸਾਥ ਦਿੱਤਾ ਅਤੇ ਇਹਨਾਂ ਨੂੰ ਕਾਬੂ ਕੀਤਾ ਅਤੇ ਵਾਲੀਆਂ ਵੀ ਬਰਾਮਦ ਹੋ ਗਈਆਂ। ਅੱਗੇ ਹੁਣ ਪੁੱਛ ਗਿੱਛ ਕਰਕੇ ਨਾਲ ਕਿੰਨਾ ਗੈਂਗਾ ਫਿਰ ਇਹਨਾਂ ਦੀ ਕਾਰਵਾਈ ਅਮਲੇ 'ਚ ਲਿਆਵਾਂਗੇ, ਜੋ ਵੀ ਆ FIR ਦਰਜ ਕਰ ਦਿੰਦੇ। ਕੋਈ ਪਹਿਚਾਣ ਹੋਈ ਕਿੱਥੋਂ ਦੇ? ਪਹਿਚਾਣ ਇਹਨਾਂ ਦਾ ਪਿੰਡ ਪੋਜੋ ਕੇ ਆ, ਇੱਕ ਸਰਪੰਚ ਦਾ ਲੜਕਾ ਸਾਬਕਾ ਸਰਪੰਚ ਦਾ ਤੇ ਦੂਸਰਾ ਵੀ ਉੱਥੋਂ ਦਾ। ਬੜਾ ਬੂਹਾ ਕੁੱਟਿਆ, ਮੈਂ ਬੂਹਾ ਨੀ ਲਾਇਆ, ਮੁੜ ਕੇ ਇਸ ਬੂਹੇ ਜਾ ਕੇ ਤਾਰੀ ਨੇ ਬੂਹਾ ਉੱਤੇ ਚੜ ਕੇ ਬੁਰਜੀ ਦੇ ਤਾਰੀ ਬੂਹਾ ਲਾ, ਮੈਂ ਇਧਰੋਂ ਗਈ, ਮੈਂ ਮੱਝ ਬਾਹਰ ਕੱਢਣ ਗਈ। ਮੱਝ ਜਦੋਂ ਬਾਹਰ ਕੱਢ, ਇਹ 3 ਵਜੇ ਦੀ ਗੱਲ ਹੈ, ਮੱਝ ਬਾਹਰ ਬਣਨੀ ਸੀ, ਮੈਂ ਮੱਝ ਬਣਨ ਗਈ, ਮੈਂ ਥੋੜੇ ਪੈਰ ਵੇਖੇ ਨੇ, ਇਹਨੇ ਜਾਂਦਿਆਂ ਨੂੰ ਉਹ ਜਿਹੜਾ ਨਾਲ ਖੱਟੀ ਸ਼ੀਟ ਸ਼ਰਟ ਵਾਲਾ, ਉਹ ਕਹਿੰਦਾ ਆਹੋ, ਉਹ ਕਹਿੰਦਾ ਕਿ ਮੈਂ ਪਾਣੀ ਪੀ ਦੂਜਾ ਪਾਣੀ ਪੀਣਾ, ਨਾਲੇ ਮੈਂ ਚਾਚੇ ਦਾ ਮਹਿਸੂਸ ਕਰਨ ਆਇਆ, ਜੇਲ੍ਹ 'ਚ ਅਸੀਂ ਇਕੱਠੇ ਰਹੇ ਹਾਂ। ਅੱਛਾ, ਮਹਿਸੂਸ ਕਰਨ ਆਇਆ, ਮਹਿਸੂਸ ਕਰਨ ਆਇਆ, ਮਗਰ 15 ਮਿੰਟ ਅੱਧਾ ਘੰਟਾ ਘੰਟਾ ਘੰਟੇ ਕੋ ਬਾਅਦ ਮਗਰ ਬੰਦੇ ਲੈ ਕੇ ਆਉਣ ਪਿਆ। ਹੈਂ, ਮੇਰੀਆਂ ਕੰਨ ਦੀਆਂ ਦੋਵੇਂ ਵਾਲੀਆਂ ਵੀ ਖੁੱਸ ਗਈਆਂ ਨੇ, ਮੇਰੇ ਅੰਦਰ ਤਾਰਦਾ ਸੀ, ਅਜੇ ਮੌਕਾ ਵੇਖ ਸਕਦੇ, ਕੁੰਡਾ ਟੁੱਟ ਗਿਆ। ਮੈਂ ਕੱਲੀ ਦੌੜ ਕੇ ਰੱਖਦੀਆਂ ਨੇ, ਪਿੰਡ ਰੀਮੇ ਕਾ ਦੀ ਤਕਰੀਬਨ 4:30 ਵਜੇ ਦੀ ਘਟਨਾ ਹੈ ਜੀ। ਇਹ ਮੁੰਡੇ ਆਏ ਨੇ, ਪਹਿਲੋਂ ਇਹਨਾਂ ਦੇ ਘਰੇ ਵੜੇ ਨੇ ਪਾਣੀ ਦੇ ਬਹਾਨੇ, ਪਾਣੀ ਇਹਨਾਂ ਪੀਤਾ ਹੈ, ਉਹ ਪਾਣੀ ਲੈਣ ਗਿਆ ਤਾਂ ਮਗਰੋਂ ਦੀ ਇਹਨਾਂ ਵਾਲੀਆਂ ਫੜ ਕੇ ਖਿੱਚ ਲਈਆਂ, ਤਾਂ ਛਡਾਉਣ ਲੱਗੇ ਤਾਂ ਉਹਨਾਂ ਜੈਂਪਰ ਜੁੰਪਰ ਪਾ ਕੇ ਧੱਕੇ ਮਾਰ ਕੇ ਘਰੋਂ ਭੱਜੇ ਨੇ। ਅੱਗੋਂ ਇੱਧਰੋਂ ਇਹ ਕੱਚੇ ਰਸਤੇ ਇੱਧਰੋਂ ਘੋੜੇ ਚੱਕ ਵਾਲੇ ਰਸਤੇ ਚੱਲੇ ਸੀ, ਅੱਗੋਂ ਰੌਲਾ ਰੌਲਾ ਪਾਇਆ ਤਾਂ ਅੱਗੋਂ ਆਉਂਦੇ ਜਿਹੜੇ ਉਹਨਾਂ ਫੜਿਆ ਫੁੜਿਆ, ਤਾਂ ਮਗਰ ਸਾਰਾ ਪਿੰਡ ਗਿਆ, ਤਾਂ ਅਸੀਂ ਫੜ ਕੇ ਇਹਨਾਂ ਨੂੰ ਲਿਆਂਦਾ। ਹੁਣ ਪ੍ਰਸ਼ਾਸਨ ਨੂੰ ਕਿੱਥੋਂ ਦੇ ਨੇ? ਇਹ ਪੋਜੋਗਾ ਤਾਂ ਦੱਸਦੇ ਪੈਣੇ ਜੀ, ਅੱਗੇ ਵੀ ਕੋਈ ਵਾਰਦਾਤਾਂ ਹੋਈਆਂ ਨੇ ਪਿੰਡ 'ਚ? ਪਿੰਡ 'ਚ ਹੋਈਆਂ ਜੀ, 3-4 ਦਿਨ ਪਹਿਲਾਂ ਆ ਸਰਪੰਚ ਦੇ ਇਹਨਾਂ ਦੇ ਘਰੋਂ ਬਾਹਰੋਂ ਮੋਟਰਸਾਈਕਲ ਚੁੱਕਣ ਲੱਗੇ, ਚਕੀਚਾ ਨਹੀਂ, ਉਹ ਵੀ ਵੀਡੀਓ ਹੈਗੀਆਂ ਸਾਡੇ ਕੋਲ। ਨਸ਼ੇ ਦੇ ਆਦੀ ਲੱਗਦੇ? ਲੱਗਦੇ, ਨਸ਼ੇ ਦੇ ਹੀ ਨੇ, ਆ ਇੱਕ ਤਾਂ ਨਹੀਂ ਲੱਗਦਾ, ਇੱਕ ਤਾਂ ਜ਼ਰੂਰ ਹੀ ਹੈ। ਪਹਿਚਾਣ ਹੋਈ ਕਿੱਥੋਂ ਦੇ ਨੇ? ਪਹਿਚਾਣ ਇਹਨਾਂ ਦੀ ਪੋਜੋਗਾ ਦੀ ਹੋਈ ਹੈ, ਹੰਸਾ ਸਿੰਘ ਦਾ ਮੁੰਡਾ ਦੱਸਦਾ ਕਿ ਮੈਂ ਹੰਸਾ ਸਰਪੰਚ ਦਾ ਸਾਬਕਾ ਸਰਪੰਚ ਦਾ ਮੁੰਡਾ ਹੈ। ਹੁਣ ਕੀ ਕਰ ਰਹੇ ਜੀ ਇਹਨਾਂ ਦਾ? ਇਹਨਾਂ ਦੀ ਕਾਰਵਾਈ ਕਰਵਾ ਰਹੇ ਹਾਂ ਪੁਲਿਸ ਤੋਂ, ਪ੍ਰਸ਼ਾਸਨ ਨੂੰ ਸੱਦਿਆ ਜੀ, ਮੁਲਾਜ਼ਮ ਨੂੰ ਸੱਦਿਆ ਜੀ, ਹੁਣ ਲੈ ਕੇ ਚੱਲੇ ਨੇ, ਇਹਨਾਂ ਦੇ ਕਾਰਵਾਈ ਕਰ ਰਹੇ ਹਾਂ। ਇਹ ਵਾਲੀਆਂ ਕਿੱਥੋਂ ਬਰਾਮਦ ਹੋਈਆਂ? ਵਾਲੀਆਂ ਇਹਨਾਂ ਦੇ ਕੋਲੋਂ ਹੀ ਆ, ਇਹਨਾਂ ਦੇ ਜੇਬ 'ਚੋਂ ਬਰਾਮਦ ਹੋਈਆਂ, ਵੀਡੀਓ ਬਣਾਈ ਇਹਨਾਂ ਦਾ ਸਾਰਾ ਕੁਛ। ਇਹ ਵੀਰ ਜੀ ਤਕਰੀਬਨ 4 ਵਜੇ ਦੀ ਕਰੈਕਟ ਘਟਨਾ ਹੈ ਤਕਰੀਬਨ, ਪਰ ਉਸ ਤੋਂ ਪਹਿਲਾਂ ਜਿਹੜਾ ਬੰਦਾ ਮੇਨ ਜਿਹਦਾ ਨਾਂ ਲਿਆ ਹੈ ਉਹ ਰੈਕਿੰਗ ਘਰ ਦੀ ਕਰਾ ਕੇ ਗਿਆ, ਲੋਬੀ ਦੇ ਵਿੱਚ ਬੰਦੇ ਨੂੰ ਬਾਹ ਕੇ ਪ੍ਰੋਪਰ ਅਫਸੋਸ ਕਰਾ ਕੇ ਭੈਣ ਦੇ ਨਾਲ ਵਿਖਾ ਕੇ ਲਿਆ, ਠੀਕ ਆ। ਵਿਖਾਉਣ ਤੋਂ ਬਾਅਦ ਤਕਰੀਬਨ ਵੀ ਮੰਨ ਲਓ 10 ਮਿੰਟ ਲਾ ਲਓ ਜਾਂ ਅੱਧਾ ਘੰਟਾ ਲਾ ਲਓ, ਉਸ ਤੋਂ ਬਾਅਦ ਉਹ ਬੰਦੇ ਇਹ ਡਾਇਰੈਕਟ ਆਏ ਨੇ, ਠੀਕ ਆ। ਇੱਕ ਜਣੇ ਵਾਲੀਆਂ ਨੂੰ ਪੈ ਗਿਆ, ਦੂਜਾ ਜਾਣਾ ਉਹਦੇ ਗੱਲ ਪੈ ਗਿਆ ਭੈਣ, ਉਹਨੇ ਆਹ ਵੀ ਮੈਂ ਤੁਹਾਨੂੰ ਸਿਆਣ ਲਿਆ 10 ਮਿੰਟ ਪਹਿਲਾਂ, ਮੈਂ ਅਫਸੋਸ ਕਰਕੇ ਗਿਆ, ਠੀਕ ਹੈ। ਮੇਨ ਗੱਲ ਇੱਥੋਂ ਵਧੀ ਹੈਗੀ ਆ, ਬਾਕੀ ਜੇ ਹੁਣ ਆਪਾਂ ਕਰੀਏ ਮੌਜੂਦਾ ਬਰਾਮਦ ਦੀ, ਸ਼ਾਬਾਸ਼ ਰੀਮੇ ਗਿਆ ਪਿੰਡ ਦੇ, ਮੈਂ ਦਿੰਦਾ ਇਹਨਾਂ ਸ਼ਾਬਾਸ਼ ਸਾਰਿਆਂ ਭਰਾਵਾਂ ਨੇ, ਮੋਢੇ ਨਾਲ ਮੋਢਾ ਲਾ ਕੇ ਅੱਜ ਚੋਰਾਂ ਨੂੰ ਫੜਿਆ, ਅੱਜ ਕੁਲਦੀਪ ਦੇ ਘਰੇ ਚੋਰ ਹੈ, ਕੱਲ੍ਹ ਨੂੰ ਕਿਸੇ ਹੋਰ ਦੇ ਘਰੇ ਆ ਸਕਦੇ ਆ। ਕੀ ਬਰਾਮਦ ਹੋ ਗਈਆਂ? ਬਰਾਮਦ ਵਾਲੀਆਂ ਬਿਲਕੁਲ ਉਹਨਾਂ ਦੀ ਕੋਲੋਂ ਕੱਢ ਕੇ ਦਿੱਤੀਆਂ ਨੇ, ਮੌਜੂਦਾ ਮੰਨੇ ਆ, ਵੀਡੀਓ ਕਲਿੱਪ ਪਏ ਆ ਸਾਰਿਆਂ, ਪੁਲਿਸ ਪ੍ਰਸ਼ਾਸਨ ਉਹਨਾਂ ਦੱਸਤਾ ਜਿਹੜਾ ਬੰਦਾ ਇਨਵੋਲਵ ਹੁੰਦਾ, ਬਕਾਇਦਾ ਉਹਨਾਂ ਨਾਂ ਲਿਆ ਉਹਦੇ, ਅਤੇ ਬੂਹੇ ਅੱਗੇ ਲਗਾਇਆ ਵੀ ਆਹ ਬੰਦਾ ਸਾਨੂੰ ਲਗਿਆ, ਅਤੇ ਇਹ ਰਾਹ ਸਾਨੂੰ ਲਗਿਆ, ਟੋਟਲ ਬਕਾਇਦਾ ਉਹਨਾਂ ਦੱਸਿਆ ਸੁਣੀ ਹਿਸਟਰੀ ਵੀਰ ਜੀ। ਵੇਖੋ ਆਪਾਂ ਹੁਣ ਲੱਗੇ ਹਾਂ ਪਹਿਲੀ ਵਾਰੀ ਮੱਥੇ, ਪਰ ਜਿਹੜਾ ਸੁਣਨ ਮੁਤਾਬਕ ਇਹ ਗੱਲ ਆਉਂਦੀ ਵੀ ਉਹ ਕੰਮ ਹੀ ਇਹ ਕਰਦੇ ਆ। ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਲੱਖ ਕੋਸ਼ਿਸ਼ਾਂ ਸਦਕਾ ਨਸ਼ੇੜੀਆਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਅਜਿਹੀ ਘਟਨਾ ਇੱਕ ਸਥਾਨਕ ਅਬੋਹਰ ਦੇ 5 ਪੀਰ ਨਗਰ ਦੀ ਰਹਿਣ ਵਾਲੀ ਇੱਕ ਔਰਤ ਨੇ ਜਦੋਂ ਆਪਣੇ ਪਤੀ ਨੂੰ ਨਸ਼ਾ ਕਰਨ ਤੋਂ ਰੋਕਿਆ ਤਾਂ ਉਸਦੇ ਪਤੀ ਦੀ ਕੁੱਟਮਾਰ ਕਰਕੇ ਉਸਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਪੀਟਾ ਕਿਸ ਨੇ? ਮਾਰਾ ਕਿਉਂ? ਮਾਰਾ ਬਸ ਇਹ ਨਸ਼ਾ ਕਰਤਾ ਜੀ, ਮੋਬਾਈਲ ਲੈ ਕੇ ਗਿਆ ਚੁਰਾ ਕੇ ਘਰ ਸੇ, ਮੈਂ ਪੁੱਛਣੇ ਗਈ ਤਾਂ ਬਾਹਰ ਦੇ ਲਈ ਮੈਂ ਸਿਲੰਡਰ ਕਪਾਈ ਸੀ, ਬਹੁਤ ਬੁਰੀ ਤਰ੍ਹਾਂ ਮਾਰਾ। ਕਬ ਸੇ ਨਸ਼ਾ ਕਰ ਰਹਾ? ਨਸ਼ਾ ਪਤਾ ਨਹੀਂ ਕਬ ਸੇ ਕਰਤਾ ਹੈ ਜੀ, ਮੈਨੂੰ ਤਾਂ ਪਤਾ ਹੀ ਨਹੀਂ ਥਾ, ਜਬ ਸੇ ਮੇਰਾ ਵਿਆਹ ਹੁਆ ਤਬ ਸੇ ਨਸ਼ਾ ਕਰਤਾ, ਉਸ ਤੋਂ ਪਹਿਲੇ ਸੇ ਹੀ ਕਰਤਾ ਥਾ ਨਸ਼ਾ। ਕੌਨ ਸਾ ਨਸ਼ਾ ਕਰ ਰਹਾ? ਚਿੱਟੇ ਦਾ ਨਸ਼ਾ ਕਰ ਰਹਾ। ਕਭੀ ਪੁਲਿਸ ਮੇਂ ਸ਼ਿਕਾਇਤ ਦੀ ਹੈ? ਸ਼ਿਕਾਇਤ ਪਹਿਲੇ ਵੀ ਬਹੁਤ ਵਾਰ ਕੀਤੀ ਪਰ
कोई सुनवाई नहीं होती है, बस वो करते कर जाओ। अक्सर ही कहा जाता है कि अगर कोई भी इंसान सख्त मेहनत करे तो उसको फल जरूर मिलता है। जो ही मेहनत करके सफलता प्राप्त की है, जिला फाजिलका की तहसील जलालाबाद के पिंड चक सहेले वाला के जगमीत सिंह ने, जिन्हों के वलों बीते दिन चंद्रयान 3 प्रोजेक्ट के अपनी अहम भूमिका निभाई गई। वीर जी, जगजीत जी ने थोड़े छोटे उन्होंने मुकाम बड़ा वाला हासिल किया, उनके बारे थोड़ा की कहना है? बहुत ही गर्व महसूस होंदा उन्हां दीआं कामयाबियां ते, सारे देश का नाम रोशन किया, पंजाब का नाम रोशन किया, अपने पिंड का नाम रोशन किया। केवल सारे अपने पंजाब नूं, सारे मुल्क नूं बहुत बहुत वधाइयां इस गल दीआं। ते जिस तरीके एक पछड़ा इलाका जिहनूं अपना मानदे आ कि इत्थे इलाके दे विच्चों निकल के एक देश दे प्रति एड्डा वड्डा मान हासिल करां, इस नूं किस तरीके दी? उन्होंने अपनी मेहनत नाल कुछ चीज़ां बहुत वधिया प्रूव कीतियां। उन्होंने प्रूव किया कि स्काई इज़ द लिमिट। जदों अपने इत्थों दे बच्चे आ, चाहे कोई पिंड च पढ़ रहा या जो भी पढ़ रहा, जदों कई बार आपां नूं ऐं लगता कि आपां पिंड च पढ़ रहे हैं, आपां किवें कंपीट करांगे जिहड़े वड्डे आ सिटीज़ दे विच, कोई बच्चे एजुकेशन लै रहे हैं, तां उन्होंने ये चीज़ प्रूव की कि जे मेहनत करांगे तां आपां जरूर कोई ना कोई चंगा मुकाम हासिल करांगे। सो सारे लिए इंस्पीरेशन का काम करन, सो यही मेरी दुआई, तो काफ़ी खुशी होंदी है ये गल वेख के। उन्हें सिस्टर इन लॉ बहुत माण महसूस होंदा हैगा कि वीरे ने इन्ना वधिया मुकाम जिहड़ा हैगा हासिल किया हैगा, साडे पिंड दा ही नहीं पूरे पंजाब दा नाम उन्होंने जिहड़ा हैगा रोशन किया हैगा। उन्हां दी अगली प्लैनिंग यही है कि जिहड़ा उहदा काम है उहनूं होर वधिया तरीके दे नाल निभाया जावे, जो भी उन्होंने फैमिली रिलेशनस ने उन्हां नूं बहुत तरीके वधिया तरीके दे नाल निभाया जावे, तो जो भी वह करना चाहुंदे ने वह हमेशा उहदे विच उहदा 100% देण। बस साड़ियाँ तो बस उन्होंने दुआवा ही है जी। जी असी तो मतलब यही सोचा भी नहीं सी इतों तीन भी पहुँच जूगा पहला था, तो मालक ने उन्हें मेहनत की फल मिले, अज सू बहुत खुशी है। आपके पछड़े इलाके का जलालाबाद में तो पछड़िया होंगे है, उन्हें आपका पछड़ियापन कुछ ना कुछ दूर किया, इलाके का पिंड का ना रोशन किया, सानू बहुत खुशी है। बस भी जिमें उन्हें कोई भी काम है जिमें शुरू करना बड़े हौसले नाल करना, एक तो उन्होंने हौसला इन्ना सीगा ना भी जिमें किसी भी काम तो उन्हें घबराहट नहीं महसूस करनी सी, तो भी किसी नूं भी ऐ नहीं सी उत्साह, हर एक नूं उत्साह देना उन्होंने, तो बहुत वधिया उहदा लगन नाल काम मेहनत करनी बस। अब और भी आम आदमी पार्टी नूं समय वड्डी कामयाबी मिली कि एक कांग्रेसी महिला कारपोरेटर अते इको एक अकाली कारपोरेटर ने आम आदमी पार्टी का पल्ला फड़ लिया, तो इस दे लई ऐतवार नूं आरिया नगरी समागम करवाया गया, जिस विच पार्टी के जिला प्रधान सुनील सचदेवा तो इलावा पार्टी की लीडरशिप के नाल बलवाणा के विधायक गोल्डी मुसाफर ने विशेष तौर पर शिरकत की। एमएलए साहब, अबोहर नगर निगम च खाता खोल सके, पहला तो वधाइयां तुहानूं जी, की कहना चाहोगे? बहुत बहुत धन्यवाद, मैं धन्यवाद करदा अपना विनोद जी का, कैप्टन जी का, और आम आदमी पार्टी की समुची जी अबोहर की लीडरशिप है, और खासकर साडे प्रधान सुनील सचदेवा जी का, और साडे पंजाब एग्रो के चेयरमैन और लोग सभा के साडे इंचार्ज शमिंदर खिंडा जी का। अज आम आदमी पार्टी की नीतियों तो प्रभावित होकर विनोद जी और कैप्टन जी ने आम आदमी पार्टी ज्वाइन की है, और तुसी आने वाले दिनों देखो असी अबोहर दे विच पूरा झाड़ू फेरांगे। जलालाबाद हल्के के सतलुज कंडे पिंडा दे विच पानी दे हालात ज्यों दे त्यों बने हुए हैं, ते नाल ही हुण पानी दे कारण बीमारियां फैलण दा खतरा मंडराउण लगा है। लोगों ने दसिया कि पानी की वजह से आई फ्लू चमड़ी के रोग खारिश बुखार विच वाधा हो रहा है, तो लोगों ने कहा कि डॉक्टर राहत कैंपा दे विच मौजूद हैं, पर हर कोई राहत कैंप विच दवाई लैन नहीं चाहता, तो डॉक्टर की हड़ प्रभावित इलाकों दे विच फेरी यकीनी बनाई जाए। बहुत औखे जी, बाकी जिन्हों के घर है वह भी बहुत औखे चल रहे जी, क्योंकि 2 महीने होते लगातार पानी चलने के बावजूद भी हाले घटन की संभावना नहीं लग रही, क्योंकि भी सानू तो परेशानी बहुत मुश्किल हो रहा भी सवेरे खेत में जाना, फिर जा कोई खेत बचे ने उन्हें संभाल करनी भी जरूरी है जी, पर प्रशासन वालों भी चलो संजोग तो देंदे रहने, पर हर वक्त किन्ना को संजोग देन, जिमीदार तो आधा करके आखिर खाना पैना जी, इस करके जी मुश्किल तो बहुत जी सर जी, पर हम यही अरदास हैगी है मालिक जी अगह सानू बचाई रखे, इस टाइम तो जो मुश्किल टाइम लंघी जाता है अगह भी सुख रखे जीव जंत नू फसल बाड़ी नू बाल पशु नू सब नू संजोग देवे मालक, ते चंगे हालात लियावे जी, असीं तो बहुत बुरे हालात च लंघ चुके हैं जी, इस करके जी।
ਕਿੱਦਾਂ ਹੁਣ ਕਹਿੰਦੇ ਬਿਮਾਰੀਆਂ ਵੀ ਫੈਲਣ ਲੱਗ ਪਈਆਂ, ਚਮੜੀ ਦੇ ਰੋਗ, ਅੱਖਾਂ ਦੀ ਬਿਮਾਰੀ ਵੀ ਆਉਣ ਲੱਗ ਪਈ? ਹਾਂਜੀ ਹੋ ਰਹੀ ਹੈ, ਪਿੰਡ ਜਿਵੇਂ ਅੱਖਾਂ ਵਾਲੀ ਵਜ੍ਹਾ ਚ ਬਣੀ ਸੀ, ਹੁਣ ਵੀ ਜੇ ਪਾਣੀ ਚ ਥੋੜੀ ਗਾਣੀ ਲੰਘਣਾ ਟੱਪਣਾ ਤਾਂ ਪੈਂਦਾ ਸਰ ਜੀ, ਇਸ ਕਰਕੇ ਖਾਰਸ਼ ਦਾ ਪ੍ਰੋਬਲਮ ਆ ਰਹੀ ਜੀ ਚਮੜੀ ਤੇ, ਜਿਵੇਂ ਪਾਣੀ ਗੰਦਗੀ ਵਾਲਾ ਲੱਗਦਾ ਹੈ, ਇਹਦੇ ਨਾਲ ਕੋਈ ਹੋਰ ਬਿਮਾਰੀਆਂ ਵੀ ਬੁਖਾਰ ਵਾਲੀ ਵੀ ਪ੍ਰੋਬਲਮ ਆ ਰਹੀ ਹੈ, ਇਸ ਕਰਕੇ ਪਸ਼ੂਆਂ ਨੂੰ ਵੀ ਕੋਈ ਨਾ ਕੋਈ ਬਿਮਾਰੀ ਚੱਲੀ ਰਹੀ, ਪੁਰਾਣੀ ਚੱਲ ਪਈ ਕੋਈ ਹੋਰ ਪਸ਼ੂਆਂ ਵਾਸਤੇ, ਇਸ ਤਰ੍ਹਾਂ ਵੀ ਬਿਮਾਰੀ ਦਾ ਤਾਂ ਬਹੁਤ ਪ੍ਰਕੋਪ ਚੱਲ ਰਿਹਾ, ਪਰ ਜਿਵੇਂ ਦਾ ਸੇਫਟੀ ਕਰਦੇ ਪਏ ਨੇ ਜਿਵੇਂ ਲੋਕ ਬੈਠੇ ਨੇ ਆਪੂ ਦੇ ਗੁਰਸ਼ਿੰਦਰ ਸਿੰਘ ਖੋਤੜਾ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਪਧਾਸ ਨੇੜੇ ਬੈਗੋਵਾਲ ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਗੁਰਸ਼ਿੰਦਰ ਸਿੰਘ ਖੇੜਾ ਗੁਰੀ ਦੇ ਪਿੰਡ ਵਾਸੀ ਸ਼ਮਸ਼ੇਰ ਸਿੰਘ ਪੁੱਤਰ ਦੇਸਾ ਸਿੰਘ ਪਿੰਡ ਪਧਾਸ ਦੇ ਗੱਲਬਾਤ ਦੌਰਾਨ ਦੱਸਿਆ ਕਿ ਹਾਦਸਾ ਗ੍ਰਸਤ ਕਾਰ ਚਾਲਕ ਗੁਰਸ਼ਿੰਦਰ ਸਿੰਘ ਕੋਤੜਾ ਉਸਦੇ ਤਾਏ ਦਾ ਪੋਤਰਾ ਸੀ। ਉਹਨਾਂ ਦੱਸਿਆ ਕਿ ਮੇਰਾ ਤਾਇਆ ਦਰਸ਼ਨ ਸਿੰਘ ਹਰਿਆਣਾ ਪੁਲਿਸ ਵਿੱਚ SP ਰਿਟਾਇਰ ਹੋਇਆ ਸੀ ਅਤੇ ਤਾਏ ਦਾ ਲੜਕਾ ਸੁਰਿੰਦਰ ਸਿੰਘ ਚੰਡੀਗੜ੍ਹ ਪੁਲਿਸ ਵਿੱਚ ਨੌਕਰੀ ਕਰਦਾ ਸੀ, ਜੋ ਹੁਣ ਕੈਨੇਡਾ ਵਿੱਚ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਹੈ। ਉਹਨਾਂ ਦੱਸਿਆ ਕਿ ਸੁਰਿੰਦਰ ਸਿੰਘ ਦਾ ਪੁੱਤਰ ਗੁਰਸ਼ਿੰਦਰ ਸਿੰਘ ਕੋਤੜਾ ਕੈਨੇਡਾ ਪੁਲਿਸ ਵਿੱਚ ਭਰਤੀ ਹੋਣ ਸੰਬੰਧੀ ਅਕੈਡਮੀ ਤੋਂ ਟ੍ਰੇਨਿੰਗ ਖਤਮ ਹੋਣ ਉਪਰੰਤ 23 ਅਗਸਤ ਨੂੰ ਘਰ ਆ ਰਿਹਾ ਸੀ, ਜਿਸ ਦੀ ਕਾਰ ਟਰਾਲੇ ਨਾਲ ਵਾਪਰੇ ਹਾਦਸੇ ਤੋਂ ਬਾਅਦ ਚਕਨਾਚੂਰ ਹੋ ਗਈ ਅਤੇ ਅੱਗ ਲੱਗ ਗਈ, ਜਿਸ ਕਾਰਨ ਗੁਰਸ਼ਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਮ੍ਰਿਤਕ ਦਾ ਅੰਤਿਮ ਸੰਸਕਾਰ 25 ਅਗਸਤ ਨੂੰ ਕੈਨੇਡਾ ਵਿਖੇ ਕਰ ਦਿੱਤਾ ਗਿਆ। ਉਹਨਾਂ ਇਹ ਵੀ ਦੱਸਿਆ ਕਿ ਗੁਰਸ਼ਿੰਦਰ ਸਿੰਘ ਨੇ ਸੋਮਵਾਰ ਨੂੰ ਪਾਸਿੰਗ ਆਊਟ ਤੋਂ ਬਾਅਦ ਨੌਕਰੀ ਜੁਆਇਨ ਕਰਨੀ ਸੀ ਅਤੇ ਇਸ ਦਰਦਨਾਕ ਹਾਦਸੇ ਕਾਰਨ ਪਰਿਵਾਰ ਨੂੰ ਵੱਡਾ ਘਾਟਾ ਪਿਆ ਅਤੇ ਉੱਥੇ ਉਹਨਾਂ ਦੇ ਜੱਦੀ ਪਿੰਡ ਪਧਾਸ ਵਿੱਚ ਸੰਨਾਟਾ ਫੈਲਿਆ ਹੋਇਆ ਹੈ। ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਵਿੱਚ ਸਹਿਜਪਾਲ ਬਰਾੜ ਨੇ ਆਪਣੀ ਮੁਅਤਲੀ ਤੇ ਬੋਲੇ। ਨਰਬੀਰ ਸਿੰਘ ਵੀ ਉਹਨਾਂ ਨਾਲ ਮੌਜੂਦ ਸਨ। ਸੁਖਜਿੰਦਰ ਰੰਧਾਵਾ ਦੇ ਬੇਟੇ ਉਦੇਵੇ ਰੰਧਾਵਾ ਤੇ ਗੁੰਡਾਗਰਦੀ ਦੇ ਇਲਜ਼ਾਮ ਨੂੰ ਦੁਹਰਾਇਆ ਅਤੇ ਹਰ ਕਦਮ ਤੱਕ ਸੁਖਜਿੰਦਰ ਰੰਧਾਵਾ ਦੇ ਪੁੱਤਰ ਉਦੇਵੀਰ ਨਾਲ ਲੜਦੇ ਰਹਿਣਗੇ। ਨਰਬੀਰ ਸਿੰਘ ਨੇ ਕਿਹਾ ਕਿ ਅਸੀਂ ਸਹੀ ਸਾਬਤ ਹੋਵਾਂਗੇ ਅਤੇ ਉਹਨਾਂ ਦੀ ਮੁਅਤਲੀ ਬਾਰੇ ਪੁੱਛੇ ਜਾਣ 'ਤੇ ਸਹਿਜਪਾਲ ਨੇ ਕਿਹਾ ਕਿ ਮੈਨੂੰ ਨਿਰਵੀਰ ਸਿੰਘ ਦੇ ਹੱਕ ਵਿੱਚ ਵੀਡੀਓ ਪੋਸਟ ਕਰਨ 'ਤੇ ਮੁਅਤਲ ਕੀਤਾ ਗਿਆ ਸੀ ਅਤੇ ਫਿਰ ਵੀਡੀਓ ਡਿਲੀਟ ਕਰਨ ਅਤੇ ਮਾਫ਼ੀ ਮੰਗਣ ਦਾ ਦਬਾਅ ਵੀ ਪਾਇਆ ਗਿਆ। ਸਹਿਜਪਾਲ ਨੇ ਕਿਹਾ ਕਿ ਉਸਨੇ ਸੁਖਜਿੰਦਰ ਰੰਧਾਵਾ ਅਤੇ ਉਸਦੇ ਪਰਿਵਾਰ ਨੂੰ ਮਾਫ਼ੀ ਮੰਗਣ ਲਈ ਕਿਹਾ ਅਤੇ ਇਸ ਮੌਕੇ ਨਰਬੀਰ ਨੇ ਕਿਹਾ ਕਿ ਮੈਂ ਦਸਤਾਰ ਦਾ ਅਪਮਾਨ ਨਹੀਂ ਕੀਤਾ, ਸਗੋਂ ਉਦੇਵੇ ਰੰਧਾਵਾ ਨੇ ਕੀਤਾ ਹੈ। ਜੀ ਬਿਲਕੁਲ, ਕ੍ਰਾਸ ਪਰਚਾ ਹੋਇਆ ਪਰ ਉਹ ਇੱਕ ਖਾਨਾ ਪੂਰਤੀ ਹੋਈ ਆ, ਉਹ ਪਰਚਾ ਨਹੀਂ ਹੈ। ਪਰਚਾ ਤਾਂ ਹੁੰਦਾ ਜੇ ਇੱਕ ਬੰਦੇ 'ਤੇ ਹੁੰਦਾ ਅਤੇ ਦੂਜੇ 'ਤੇ ਬਣਦੀਆਂ ਧਰਾਵਾਂ ਲੱਗਦੀਆਂ, ਜਿਹੜਾ ਕੀ ਨਾਂ ਉਹਦਾ ਉਦੇਵੀਰ ਰੰਧਾਵਾ। ਉਦੇਵੀਰ ਰੰਧਾਵਾ ਨੇ ਗੁੰਡਾਗਰਦੀ ਕੀਤੀ ਹੋਟਲ ਦੇ ਵਿੱਚ 5 ਸਟਾਰ 'ਚ, ਬਾਥਰੂਮ ਦੇ ਵਿੱਚ ਸਾਡਾ ਜਿਹੜਾ ਭਰਾ ਸਾਡਾ ਨੌਜਵਾਨ ਹੈ ਉਹਦੇ ਸੱਟਾਂ ਮਾਰੀਆਂ, ਸਾਹਮਣੇ ਦੇਖ ਰਹੇ ਹੋਵੋਗੇ ਤੁਸੀਂ, ਉਹਦੇ ਸੱਟਾਂ ਮਾਰੀਆਂ ਉਹਨਾਂ ਨੇ ਅਤੇ ਪਰਚਾ ਚੱਕ ਕੇ ਨਾਲ ਸਾਡੇ ਨੌਜਵਾਨ 'ਤੇ ਕਰਤਾ। ਜਿਹੜਾ ਉੱਤੇ ਬਣਦਾ ਸੀ ਉਹ ਹਜੇ ਤੱਕ ਕੱਟਿਆ ਨਹੀਂ, ਪਰ ਅਸੀਂ ਜਿਹੜੀ ਹੈ ਐਡਮਿਨਿਸਟ੍ਰੇਸ਼ਨ 'ਤੇ ਸਾਰੀ ਅਸੀਂ ਆਪਦਾ ਹਾਵ ਭਾਵ ਉਹਨਾਂ 'ਤੇ ਮਾਣ ਕਰਦੇ ਹਾਂ ਕਿ ਹਜੇ ਜਲਦੀ ਜਿਹੜਾ ਅਗਲੀ ਬਣਦੀ ਕਾਰਵਾਈ ਆ ਉਦੇਵੀਰ 'ਤੇ ਹੋਊਗੀ ਅਤੇ ਅਸੀਂ ਇਹਨੂੰ ਜਿਹੜਾ ਇਹਦਾ ਬਣਦਾ ਹੱਕ ਹੈ ਸਾਡੇ ਨੌਜਵਾਨ ਸਾਡੇ ਭਰਾ ਦਾ ਅਤੇ ਅਸੀਂ ਇਹਨੂੰ ਹੱਕ ਦਵਾ ਕੇ ਰਹਾਂਗੇ। ਜੋ ਮਰਜ਼ੀ ਲੜਨਾ ਖੜਨਾ ਮਰਨਾ ਜੋ ਮਰਜ਼ੀ ਕਰਨਾ ਪੈ ਜੇ, ਅਸੀਂ ਇਹ ਨੌਜਵਾਨ ਤੋਂ ਪਿੱਛੇ ਨਹੀਂ ਹਟਾਂਗੇ। ਬਿਲਕੁਲ ਜੀ, ਆਈ ਨੋ ਵੀ ਮੈਂ ਜਿਸ ਦਿਨ ਸਾਡਾ ਸਹੁੰ ਚੁੱਕ ਕੇ ਸਮਾਗਮ ਹੁੰਦਾ ਜਲਾਲਾਬਾਦ ਦੇ ਵਿੱਚ, ਆਪਣੇ ਚੰਡੀਗੜ੍ਹ ਦੇ ਵਿੱਚ ਉਹਦਾ ਸਮਾਰੋਹ ਸੀਗਾ, ਉਦੇ ਅਸੀਂ ਉੱਥੇ ਆਪਦਾ ਚਲੋ ਬਣਦੇ ਹਾਂ, ਉੱਥੇ ਪ੍ਰਧਾਨ ਬਣਿਆ ਮੈਂ ਹਲਕੇ ਤੋਂ। ਅਤੇ ਜਨਾਬ ਮੈਂ ਇੱਕ ਛੋਟੀ ਜਿਹੀ ਗੱਲ ਹੋਰ ਦੱਸ ਦੇਣਾ ਚਾਹੁੰਦਾ, ਮੈਂ ਹਲਕਾ ਜਲਾਲਾਬਾਦ ਤੋਂ ਪ੍ਰਧਾਨ ਹਾਂ, ਜਿੱਥੇ ਵੱਡੇ ਵੱਡੇ ਲੀਡਰ 73 ਸਭ ਟੌਪ ਲੀਡਰ ਉੱਥੋਂ ਇਲੈਕਸ਼ਨ ਲੜਦੇ ਆ। ਸਰਪੰਚੀ ਦਾ ਇਲੈਕਸ਼ਨ ਦੀਆਂ ਵੋਟਾਂ ਇੱਕ ਦਿਨ ਪੈਂਦੀਆਂ, MLA ਦੀਆਂ ਵੋਟਾਂ ਇੱਕ ਦਿਨ ਪੈਂਦੀਆਂ ਅਤੇ MP ਦੀਆਂ ਵੋਟਾਂ ਵੀ ਇੱਕ ਦਿਨ ਪੈਂਦੀਆਂ, ਪਰ ਜਿਹੜਾ ਅਸੀਂ ਇਲੈਕਸ਼ਨ ਲੜਿਆ ਸੀ ਯੂਥ ਕਾਂਗਰਸ ਦਾ, ਇਹ 30 ਦਿਨ ਲਗਾਤਾਰ ਵੋਟਾਂ ਪਈਆਂ, 30 ਦਿਨ 30 ਦਿਨ ਮੈਂ ਇੱਕ ਆਮ ਜ਼ਿਮੀਂਦਾਰ ਦਾ ਪੁੱਤ, ਮੇਰਾ ਬਾਪ ਇੱਕ ਜਨਾਬ ਇੱਕ ਮੈਂਬਰ ਪੰਚਾਇਤ ਵੀ ਨਹੀਂ, ਨਾ ਕਦੇ ਇਲੈਕਸ਼ਨ ਲੜਿਆ, ਮੈਂ ਆਮ ਨੌਜਵਾਨ, ਅਸੀਂ ਇਕੱਠੇ ਹੋ ਕੇ ਇਲੈਕਸ਼ਨ ਲੜਿਆ ਅਤੇ ਅਸੀਂ ਵੱਡਿਆਂ ਨੂੰ ਹਰਾਇਆ ਉੱਥੇ, ਮੈਂ ਜਿੱਤ ਕੇ ਆਇਆ ਸੀ, ਮੈਂ ਉਹਦਾ ਕਿਸੇ ਤੋਂ ਕੋਈ ਭੀਖ 'ਚ ਨਹੀਂ ਲਿਆ ਸੀ। ਬੇਸ਼ੱਕ ਸਾਡੇ ਉਹ ਇੰਚਾਰਜ ਸਾਹਿਬ ਆ, ਚਲੋ ਸਤਿਕਾਰਯੋਗ ਅਜੇ ਚਕਾਰਾ ਜੀ, ਮੈਂ ਤਾਂ ਸਵੇਰੇ ਉੱਠਿਆ ਜਦੋਂ ਮੈਂ ਜ਼ਿਆਦਾ ਮੇਲ ਚਲਾਉਂਦਾ ਨਹੀਂ, ਮੇਲ ਦੇਖੀ ਅਤੇ ਮੈਨੂੰ ਸਸਪੈਂਡ ਲੈਟਰ ਆਇਆ ਵਿਆ, ਇਹ ਮੇਰੇ ਹੱਥ ਦੇ ਵਿੱਚ ਇਹ ਲੈਟਰ ਹੈ ਜੇ ਤੁਹਾਨੂੰ ਦਿਖਦਾ ਤਾਂ ਕੈਮਰੇ ਦੇ ਵਿੱਚ, ਇਹ 'ਤੇ ਕੱਢਿਆ ਵਿਆ ਵੀ ਸਾਡੇ ਸਹਿਜਪਾਲ ਜੀ ਤੁਹਾਨੂੰ ਅਸੀਂ ਪਾਰਟੀ ਦੇ ਵਿੱਚ ਸੁਖਜਿੰਦਰ ਰੰਧਾਵਾ ਦੇ ਜਿਹੜੇ ਵੀਡੀਓ ਤੁਸੀਂ ਬੇਟੇ ਦੇ ਵਿਰੁੱਧ ਪਾਈ ਹੈ ਉਹ ਪਾਰਟੀ ਤੋਂ ਅਸੀਂ ਜਿਹੜਾ ਤੁਹਾਨੂੰ ਸਸਪੈਂਡ ਕਰ ਰਹੇ ਹਾਂ ਅਹੁਦੇ ਤੋਂ। ਬਿਲਕੁਲ, ਵੀਡੀਓ ਪਾਉਣ ਦੇ ਕਰਕੇ ਹੋਈ ਹੈ ਜੀ, ਮੈਂ ਵੀਡੀਓ ਪਾਉਂਦਾ 18-19 ਘੰਟਿਆਂ ਬਾਅਦ ਜੀ ਮੈਨੂੰ ਫੋਨ ਆ ਜਾਂਦਾ, ਜਦੋਂ ਵੀਡੀਓ ਥੋੜ੍ਹੀ ਜਿਹੀ ਵਾਇਰਲ ਹੁੰਦੀ ਹੈ 2-4 ਚੈਨਲ ਉਹਨੂੰ ਚਲਾ ਦਿੰਦੇ ਆ,
ਉਹਨੂੰ ਜਦੋਂ ਚੈਨਲ ਦਿੰਦੇ ਆ ਚਲਾ, ਵੀਡੀਓ ਹੁੰਦੀ ਆ ਵਾਇਰਲ, ਅਤੇ ਮੈਂ ਉਸ ਦੀ ਹੱਕ ਸੱਚ ਦੀ ਆਵਾਜ਼ ਕਰਤੀ ਸੀ ਬੁਲੰਦ, ਅਤੇ ਜਦੋਂ ਇਹ ਵੀਡੀਓ ਚਲੋ ਵਾਇਰਲ ਹੋਈ ਤਾਂ ਮੈਨੂੰ ਸਾਡੇ ਇੰਚਾਰਜ ਸਾਹਿਬ ਦਾ ਫੋਨ ਆਇਆ, ਪ੍ਰਧਾਨ ਸਾਹਿਬ ਦਾ ਵੀ ਫੋਨ ਆਇਆ, ਚਲੋ ਸਾਰੇ ਸਾਥੀਆਂ ਦੇ ਫੋਨ ਆਉਣ ਲੱਗ ਪਏ ਵੀ ਤੂੰ ਯਾਰ ਬੱਚਾ ਹਜੇ ਤੇਰਾ ਨੌਜਵਾਨ ਆ, ਤੂੰ ਕਰੀਅਰ ਤੇਰਾ ਸ਼ੁਰੂ ਹੋਇਆ ਸਿਆਸਤ ਦੇ ਵਿੱਚ, ਤੂੰ ਵੀਡੀਓ ਡਿਲੀਟ ਮਾਰ ਦੇ, ਪਰਿਵਾਰ ਤੋਂ ਪਿੱਛੇ ਹਟ ਜਾ। ਮੈਂ ਉਹਨਾਂ ਨੂੰ ਉਵੇਂ ਹੀ ਗੱਲਾਂ ਕਰਕੇ ਕਹਿੰਦਾ ਰਿਹਾ ਹਾਂ ਵੀ ਮੇਰਾ ਇੱਕ ਸਿਸਟਮ ਆ, ਮੈਂ ਹਰੀ ਸਿੰਘ ਨਲੂਏ ਦੀ ਧਰਤੀ ਪੰਜਾਬ 'ਚ ਜਨਮ ਲਿਆ ਅਤੇ ਉਸ ਏਰੀਏ ਤੋਂ ਉਹਨਾਂ ਜਿੱਥੋਂ ਚੜ੍ਹਦਾ ਹੀ ਜਾਂਦਾ ਕੋਈ ਹਲਕਾ ਜਲਾਲਾਬਾਦ ਚੜ੍ਹਦਾ ਹੀ ਜਾਂਦਾ ਕੋਈ, ਅਤੇ ਮੈਂ ਇਹ ਵੀਡੀਓ ਡਿਲੀਟ ਨਹੀਂ ਕਰਨੀ। ਮੈਨੂੰ ਉਸ ਤੋਂ ਬਾਅਦ ਸਮਝਾਇਆ ਗਿਆ ਕਿ ਤੂੰ ਭਾਈ ਮਾਫ਼ੀ ਵਾਲੀ ਵੀਡੀਓ ਪਾ ਦੇ, ਮਾਫ਼ੀ ਮੰਗ ਲਾ ਵੀਡੀਓ ਪਾ ਕੇ, ਅਤੇ ਮੈਂ ਦੱਸਿਆ ਮੈਂ ਕੋਈ ਵਲੌਗਰ ਨਹੀਂ ਹਾਂ ਵੀ ਮੈਂ ਇੱਕ ਵਲੌਗ ਪਾ ਦਿਆਂ, ਅੱਜ ਤਾਂ ਮੈਂ ਉਹ ਜਿਹੜੇ ਹੋਰ ਵਲੌਗਰ ਆ ਚਲੋ ਸਾਰੇ ਮਾੜੇ ਨਹੀਂ ਹੁੰਦੇ, ਵੀ ਤੂੰ ਮਾਫ਼ੀ ਮੰਗ ਲਾ ਜਾ ਕੇ। ਮੈਂ ਕਿਹਾ ਨਾ ਮੈਂ ਮਾਫ਼ੀ ਮੰਗਾਂ ਅੱਜ, ਅਤੇ ਨਾ ਮੈਂ ਮਾਫ਼ੀ ਮੰਗਾਂ ਕੱਲ੍ਹ, ਅਤੇ ਨਾ ਮੈਂ ਪਾਵਾਂ ਕਿਸੇ ਦੇ ਇਹਨਾਂ ਦੇ ਹੱਕ ਹੁੱਕ 'ਚ ਵੀਡੀਓ। ਮੈਂ ਡਾਇਰੈਕਟ ਜਦੋਂ ਆਪਾਂ ਉਹਦੇ ਵੀ ਰੰਧਾਵਾ ਦੇ ਖਿਲਾਫ਼ ਮੋਰਚਾ ਹੀ ਖੋਲ੍ਹਤਾ, ਉਹ ਫਿਰ ਮੋਰਚਾ ਸਾਡਾ ਕਾਹਦਾ ਹੋਇਆ ਜਿਹੜਾ ਅਸੀਂ ਵਿਚਾਲੇ ਰਾਜੀਨਾਮਾ ਹੀ ਕਰ ਲਿਆ। ਬਿਲਕੁਲ ਉਹਨਾਂ ਦੇ ਪਰਿਵਾਰ 'ਤੇ, ਮਤਲਬ ਸੁਖਜਿੰਦਰ ਰੰਧਾਵਾ ਤੋਂ, ਉਦੇ ਵੀ ਰੰਧਾਵਾ ਤੋਂ, ਅਤੇ ਮੈਂ ਤਾਂ ਇਹ ਦੱਸ ਦੇਣਾ ਚਾਹੁੰਦਾ ਵੀ ਉਦੇ ਵੀ ਰੰਧਾਵਾ ਤਾਂ ਸਾਡੇ ਯੂਥ ਕਾਂਗਰਸ ਦਾ ਮੈਂਬਰ ਵੀ ਨਹੀਂ, ਉਹਦੇ ਕੋਲ ਮੈਂਬਰਸ਼ਿਪ ਵੀ ਹੈ ਨਹੀਂ, ਉਹ ਇੱਕ ਹਲਕੇ ਦਾ ਪ੍ਰਧਾਨ ਵੀ ਨਹੀਂ, ਇੱਕ ਵੋਟਰ ਵੀ ਨਹੀਂ। ਅਤੇ ਮੈਂ ਤਾਂ ਦੱਸ ਦੇਣਾ ਚਾਹੁੰਦਾ ਵੀ ਮੈਂ ਹਲਕੇ ਦਾ ਜਿੱਤਿਆ ਹੋਇਆ ਪ੍ਰਧਾਨ ਹਾਂ ਅਤੇ ਵੋਟਾਂ ਨਾਲ ਜਿੱਤ ਕੇ ਆਇਆ, ਅਤੇ ਮੈਂ ਮਾਫ਼ੀ ਉਹਨਾਂ ਤੋਂ ਕਿਉਂ ਮੰਗਾਂ ਬਈ? ਠੀਕ ਆ ਵੱਡੇ ਲੀਡਰ, ਚਲੋ ਉਹਦਾ ਬੇਟਾ ਵੱਡੇ ਲੀਡਰ ਦਾ, ਮੇਰਾ ਰੌਲਾ ਉਦੇ ਵੀ ਰੰਧਾਵੇ ਨਾਲ ਅੱਜ ਤਾਂ ਹੁਣ ਪਰਸਨਲ ਹੋ ਚੁੱਕਿਆ, ਅਤੇ ਕੋਈ ਗੱਲ ਨਹੀਂ, ਤੁੰਨ ਕੇ ਖੜ੍ਹੇ ਹਾਂ। ਮਰਦਾਂ ਵਾਲਾ ਕੰਮ ਕੀਤਾ, ਅਸੀਂ ਉਹ ਗਰਦ ਨਹੀਂ ਐਵੇਂ ਉਠਾਈ ਗਈ ਵੀ ਲਾਲਾ ਲਾਲਾ ਫੇਸਬੁੱਕ 'ਤੇ ਕਰਾਤੀ ਅਤੇ ਉਦੋਂ ਬਾਅਦ 'ਚ ਅਸੀਂ ਥੱਲੇ ਉਤਰ ਜਾਈਏ। ਤੁਹਾਡੇ ਸਾਹਮਣੇ ਆ ਜੀ, ਤੁਹਾਡੇ ਸਾਹਮਣੇ ਆ, ਉਦਾਹਰਣ ਸਾਹਮਣੇ ਆ ਚੁੱਕੀ ਹੈ। ਚਲੋ ਮੇਰਾ ਤਾਂ ਜੋ ਫੈਸਲਾ ਆਇਆ ਆਪਾਂ ਤਾਂ ਆਪਦੀ ਝੋਲੀ ਅੱਡ ਕੇ ਝੋਲੀ ਦੇ ਵਿੱਚ ਪਵਾ ਲਿਆ ਵੀ ਅਸੀਂ ਕਰਦੇ ਹਾਂ ਜੀ ਸ਼ੁਕਰੀਆ। ਹੁਣ ਸਹਿਜਪਾਲ ਉੱਥੋਂ ਹਲਕਾ ਤਾਂ ਜਿੱਤ ਗਿਆ, ਹੁਣ ਮੈਨੂੰ ਇਹ ਤਾਂ ਕਹਿਣ ਹੋ ਰਿਹਾ ਵੀ ਭਾਈ ਤੂੰ ਹਲਕਾ ਜਿਹੜਾ ਉੱਥੋਂ ਹਰਿਆ, ਮੈਂ ਤਾਂ ਵੋਟਾਂ ਨਾਲ ਜਿੱਤ ਕੇ ਆਇਆ। ਨੰਬਰ 2 'ਤੇ ਵੀ ਕਹਾਣੀ ਇਹ ਹੈ ਵੀ ਪਰਿਵਾਰਵਾਦ ਤਾਂ ਹੋਇਆ ਹੀ ਹੈ ਨਾ। ਹਾਂ, ਮੇਰਾ ਜੇ ਪਰਸਨਲ ਕੋਈ ਰੌਲਾ ਹੁੰਦਾ ਉਹਦੇ ਵੀ ਰੰਧਾਵਾ ਨਾਲ, ਜਾਂ ਮੈਂ ਕੋਈ ਉਹਦੇ ਨਾਲ ਕਰਦਾ ਹੁੰਦਾ ਕੋਈ ਵਧੀਕੀ, ਜਾਂ ਉਹਦੇ ਵੀ ਰੰਧਾਵਾ ਹੁੰਦਾ ਮੇਰੀ ਯੂਥ ਕਾਂਗਰਸ ਦਾ ਮੈਂਬਰ, ਫਿਰ ਸਾਡੇ 'ਤੇ ਕਾਰਵਾਈ ਹੁੰਦੀ, ਮੈਂ ਇਸ ਚੀਜ਼ 'ਤੇ ਮਤਲਬ ਅੱਗੇ ਨਹੀਂ ਆਉਣਾ ਸੀ। ਪਰ ਰੌਲਾ ਇਹ ਆ ਵੀ ਉਹਦੇ ਵੀ ਰੰਧਾਵਾ ਹੈ ਕੀ, ਨਾ ਤਿੰਨਾਂ 'ਚੋਂ, ਨਾ ਤੇਰਾਂ 'ਚੋਂ, ਨਾ ਡੁੱਲਿਆਂ ਵਿਆਂ ਬੇਰਾਂ 'ਚੋਂ, ਹੈ ਕੌਣ ਆ ਉਹਦੇ ਵੀ ਰੰਧਾਵਾ? ਸਿਰਫ ਮੇਰਾ ਇਹੀ ਕਸੂਰ ਹੈ ਵੀ ਮੈਂ ਇੱਕ ਆਮ ਪਰਿਵਾਰ 'ਚ ਜਨਮ ਲਿਆ, ਮੇਰਾ ਬਾਪ ਇੱਕ ਆਮ ਜ਼ਿਮੀਂਦਾਰ ਆ, ਮੇਰਾ ਇੱਕ ਕਸੂਰ ਆ ਫਿਰ ਇਹ? ਕਿਉਂਕਿ ਅਸੀਂ ਤਾਂ ਰਾਹੁਲ ਗਾਂਧੀ ਜੀ ਦੀ ਸੋਚ 'ਤੇ ਅਸੀਂ ਤਾਂ ਪਹਿਰਾ ਦੇਣਾ, ਉਹਨਾਂ ਨੇ ਕਿਹਾ ਵੀ ਹੱਕ ਸੱਚ ਦੀ ਲੜਾਈ ਲੜਨੀ ਆ ਜਿਹੜਾ ਮਰਜ਼ੀ ਹੋਵੇ, ਇਨਸਾਨੀਅਤ ਦੇ ਨਾਤੇ ਤੁਸੀਂ ਸੇਵਾ ਕਰੋ। ਉਹਨਾਂ ਨੇ ਆਪਣੀ ਭਾਰਤ ਜੋੜੋ ਯਾਤਰਾ ਕੱਢੀ ਹੈ, ਉਹਨਾਂ ਨੇ ਕਿਹਾ ਵੀ ਜੋੜੋ ਜੋੜੋ ਭਾਰਤ ਜੋੜੋ, ਅਤੇ ਹੁਣ ਮੈਂ ਪੁੱਛਣਾ ਚਾਹੁੰਦਾ ਸਾਡੇ ਆ ਕੁਛ ਕੁ ਭਰਾਵਾਂ ਤੋਂ ਜਿਨ੍ਹਾਂ ਨੇ ਵੱਡੇ ਲੀਡਰਾਂ ਨੂੰ ਖੁਸ਼ ਕਰਨ ਵਾਸਤੇ ਮੈਨੂੰ ਠੋਕਿਆ, ਮੇਰਾ ਸਿਆਸੀ ਮਰਡਰ ਕੀਤਾ ਮੇਰਾ, ਅਤੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਹੁਣ ਲੀਡਰਾਂ ਦੇ ਮੁੰਡੇ ਆ ਜਿਹੜੇ ਇਹ ਸਿਰ ਪਾੜ ਪਾੜ ਕੇ ਭਾਰਤ ਨੂੰ ਜੋੜਨਗੇ? ਅਸੀਂ ਤਾਂ ਐਂ ਕਰਕੇ ਲੋਕਾਂ ਨੂੰ ਜੋੜਿਆ ਸੀਗਾ, ਹਿੱਕ ਨਾਲ ਲਾਇਆ ਸੀ ਆਪਦੇ ਨਾਲ ਵੀ ਅਸੀਂ ਤੁਹਾਡੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ ਅਤੇ ਅੱਜ ਵੀ ਖੜ੍ਹੇ ਰਵਾਂਗੇ, ਭਾਵੇਂ ਜੋ ਮਰਜ਼ੀ ਹੋਈ ਜਾਵੇ। ਠੀਕ ਹੈ, ਮੈਂ ਸਨਮਾਨ ਕਰਦਾ ਆਪਦੇ ਅਹੁਦੇ ਦਾ, ਬੇਸ਼ੱਕ ਅੱਜ ਮੈਂ ਆ ਲਿਵਿੰਗ ਇੰਡੀਆ ਨਿਊਜ਼ ਦੇਖ ਰਿਹਾ ਅਤੇ ਮੈਨੂੰ ਸਾਬਕਾ ਲਿਖਿਆ ਹੋਇਆ, ਮੈਨੂੰ ਪਤਾ ਮੇਰੇ ਦਿਲ 'ਤੇ ਕੀ ਬੀਤਦੀ ਹੈ, ਮੈਨੂੰ ਅੱਜ ਸਾਬਕਾ ਕਰ ਦਿੱਤਾ ਗਿਆ ਤੀਜੇ ਚੌਥੇ ਦਿਨੋਂ, ਪਰ ਰੌਲਾ ਇਹ ਹੈ ਮੈਂ ਸਾਬਕਾ ਤਾਂ ਸਹਿ ਲਿਆ, ਪਰ ਰੌਲਾ ਤਾਂ ਹੁਣ ਸਿਸਟਮ ਦਾ ਨਾ ਵੀ ਇਹ ਮਤਲਬ ਵੀ ਤੁਸੀਂ ਸਿਰਫ ਆਮ ਬੰਦਾ ਸਮਝ ਕੇ ਥੱਲੇ ਸਿੱਟਤਾ, ਪਰ ਕੋਈ ਨਹੀਂ। ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦੇ ਪਿਆਰ ਦਾ ਪ੍ਰਤੀਕ ਰੱਖੜੀਆਂ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ਵਿੱਚ ਰੱਖੜੀਆਂ ਦੀ ਖਰੀਦ ਪੂਰੇ ਜ਼ੋਰਾਂ ਸ਼ੋਰਾਂ 'ਤੇ ਹਨ ਅਤੇ ਮਹਿਲਾਵਾਂ ਅਤੇ ਲੜਕੀਆਂ ਵੱਲੋਂ ਵਿਦੇਸ਼ਾਂ ਅਤੇ ਦੂਰ ਦੁਰਾਂਡੇ ਰਹਿੰਦੇ ਆਪਣੇ ਭਰਾਵਾਂ ਲਈ ਰੱਖੜੀਆਂ ਖਰੀਦ ਕੇ ਕੋਰੀਅਰ ਅਤੇ ਡਾਕ ਰਾਹੀਂ ਭੇਜੀਆਂ ਜਾ ਰਹੀਆਂ ਹਨ। ਇਸੇ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਦੁਕਾਨ ਮਾਲਕ ਇਸ ਵਾਰ ਰੱਖੜੀਆਂ ਦੀ ਖਰੀਦ ਪਹਿਲਾਂ ਦੇ ਨਾਲੋਂ ਜ਼ਿਆਦਾ ਹੈ ਅਤੇ ਇਸ ਵਾਰ ਮਹਿੰਗਾਈ ਵੀ ਕੁਝ ਜ਼ਿਆਦਾ ਹੈ, ਪਰ ਮਹਿੰਗਾਈ ਦਾ ਅਸਰ ਲੋਕਾਂ 'ਤੇ ਨਹੀਂ ਪੈ ਰਿਹਾ। ਕਮਕਾਰ ਓਮ ਸ਼ਿਵਾਏ ਗਣੇਸ਼ ਵੀਰਾ ਭਾਈ ਬਰੋ ਸਾਰੇ ਸ਼ਹਿਰ ਚਲਣ ਆਮ ਚੱਲਣ ਨੀ ਰਹੇ ਸਾਡਾ ਵੱਡਾ ਨੀ ਤੇ ਠੀਕ ਹੈ ਸਾਰੇ ਸ਼ਹਿਰ ਚ ਚੱਲਣ ਦਿਆ ਕੰਮ ਮਠਿਆਈ ਹੈ ਜੀ ਗਿਫਟ ਹੈਗੇ ਆ
हाँ जी हाँ जी स्पैशल गिफ्ट है फोटो पा सकते हो जी मतलब अपनी जी मिठाई तैयार करो कोई टेस्ट किया कोई स्पैशल नहीं वजिए स्पैशल होंगी है सारी देसी घ्यो की दूजी हाँ जी मिखन सारी होंगी हाँ जी सारी वरायटी होंगी हाँ जी हाँ जी बलविंदर कुमार मैं भाई करीबन 10 साल हो गए थोड़ा बरसाता बरसूतों का थोड़ा फर्क है कुछ लागे लागे हड़ आए थे डिस्ट्रिक्ट गुरदासपुर साइड से उस बने तो कोई रखड़ी बनने दिलाऊंदा नहीं पाया ऐक पिछले त्यौहारों के नालों जो पिछलियाँ रखड़ियों के नालों ऐक गाहक का थोड़ा फर्क है घट है थोड़ा जहा थोड़ी मतलब रखड़ी हाँ पिछली बार नो वी है लेकिन गाहक का थोड़ा फर्क है थोड़ा गाहक जरा घट है सर होशियारपुर उस समय खबर सामने आई जो दो नौजवान पुलिस की गिरफ्त चो फरार हो गए तो सूत्रों अनुसार दसूहा पुलिस ने उसनु कल नजायज शराब के मामले में हिरासत में लिया जिस तों बाद अज उसनु होशियारपुर लिया गया मामला किन्ने बंदे दसे जा रहे हैं बंदे जी सानू दो दस दे दोषी अच्छा किस मामले चे खास खबर नवीजा खबर सामने फिर तो रूबरू होवे तद तक मेनू यानी कि तेजिंदर कौर इजाजत रब रखा।